ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਸਾਰੇ ਦਰਸ਼ਕਾਂ ਦਾ ਆਪਣੇ ਇਸ ਮੰਚ 'ਤੇ ਔਰ ਇਸ ਚੈਨਲ ਦੇ ਉੱਤੇ। ਅੱਜ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਤੋਂ ਜੀਪੀ ਸਿੰਘ ਜੀ ਇੱਕ ਵਾਰ ਹਾਜ਼ਰ ਨੇ, ਵੀਜ਼ਾ ਐਕਸਪਰਟ। ਸੋ ਜੀਪੀ ਸਿੰਘ ਹੋਣਾਂ ਦੀ ਗੱਲ ਕਰ ਲਈਏ ਤਾਂ ਜਿਹੜੀ ਰਿਸਰਚ ਕਰਦੇ ਰਹਿੰਦੇ ਨੇ ਔਰ ਜਦੋਂ ਵੀ ਕੋਈ ਕੰਟਰੀ ਆਪਣੇ ਰੂਲ ਚੇਂਜ ਕਰਦੀ ਹੈ ਜਾਂ ਕੋਈ ਤਬਦੀਲੀ ਲਿਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਇਹਨਾਂ ਟੀ ਵੀ ਚੈਨਲਸ 'ਤੇ ਆ ਕੇ ਆਪਣੇ ਸੋਸ਼ਲ ਮੀਡੀਆ 'ਤੇ ਆ ਕੇ ਲੋਕਾਂ ਨੂੰ ਜਾਣੂ ਕਰਵਾਉਂਦੇ ਨੇ। ਅੱਜ ਅਗਲੇ 15-20 ਮਿੰਟ ਤੁਹਾਡੇ ਲਈ ਬਹੁਤ ਅਹਿਮ ਰਹਿਣਗੇ ਕਿਉਂਕਿ ਉਹ ਬੱਚੇ ਜਿਹੜੇ ਬਿਨਾਂ ਆਈਲੈਟਸ ਤੋਂ ਕੈਨੇਡਾ ਜਾਂ ਫਿਰ UK ਜਾਣਾ ਚਾਹੁੰਦੇ ਨੇ, ਅਗਲੇ 20 ਮਿੰਟ ਉਹਨਾਂ ਲਈ ਅਹਿਮ ਹੋ ਸਕਦੇ ਨੇ। ਉਹ ਕਿਵੇਂ ਬਿਨਾਂ ਆਈਲੈਟਸ UK ਜਾ ਸਕਦੇ ਨੇ, ਬਿਨਾਂ ਆਈਲੈਟਸ ਕੈਨੇਡਾ ਜਾ ਸਕਦੇ ਨੇ, ਅੱਜ ਇਸ ਮੁੱਦੇ 'ਤੇ ਗੱਲਬਾਤ ਕਰਾਂਗੇ। ਤੁਸੀਂ ਕੋਈ ਜਾਣਕਾਰੀ ਚਾਹੁੰਦੇ ਹੋ ਇਸ ਸ਼ੋਅ ਦੇ ਦੌਰਾਨ, ਇਸ ਸ਼ੋਅ ਨੂੰ ਚੰਗੀ ਤਰ੍ਹਾਂ ਸੁਣੋ। ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਕੋਈ ਪ੍ਰੋਬਲਮ ਆ ਰਹੀ ਹੈ ਫਾਈਲ ਲਾਉਣ ਦੇ ਵਿੱਚ, ਕੋਈ ਕਾਲਜ ਦੀ ਸਿਲੈਕਸ਼ਨ ਨਹੀਂ ਹੋ ਪਾ ਰਹੀ, ਕਿਸੇ ਕੋਰਸ ਦੀ ਸਿਲੈਕਸ਼ਨ ਨਹੀਂ ਹੋ ਪਾ ਰਹੀ, ਕੰਸਲਟੈਂਟ ਸਹੀ ਗਾਈਡ ਨਹੀਂ ਕਰ ਰਿਹਾ, ਤਾਂ 9972411111 ਨੰਬਰ 'ਤੇ ਸੰਪਰਕ ਕਰਕੇ ਘਰ ਬੈਠੇ ਹੀ ਇਨਫੋਰਮੇਸ਼ਨ ਲੈ ਸਕਦੇ ਹੋ। ਸੋ ਜੀਪੀ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਮਨੀਸ਼ ਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਜੀ। ਸੋ ਜੇ ਪੀ ਸਿੰਘ ਜੀ, ਅੱਜ ਔਨਲਾਈਨ ਸਟੱਡੀ ਚੱਲ ਰਹੀ ਹੈ, ਔਨਲਾਈਨ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ ਕੰਸਲਟੈਂਟਸ ਵੱਲੋਂ, ਪਰ ਕਈ ਵਾਰ ਜਿਹੜੇ ਵਿਦਿਆਰਥੀ ਨੇ ਟਾਈਮ ਸਲੋਟ 15-20 ਮਿੰਟ ਦਾ ਮਿਲਦਾ ਹੈ ਕੰਸਲਟੈਂਟ ਵੱਲੋਂ, 15-20 ਮਿੰਟ ਦੇ ਵਿੱਚ ਪੂਰੀ ਇਨਫੋਰਮੇਸ਼ਨ ਨਹੀਂ ਲੈ ਪਾਉਂਦੇ। ਸੋ ਅਸੀਂ ਗੁਜ਼ਾਰਿਸ਼ ਕਰਦੇ ਹਾਂ ਬੱਚਿਆਂ ਨੂੰ ਕਿ ਜਿਹੜਾ ਨੰਬਰ ਟੀ ਵੀ ਸਕਰੀਨ 'ਤੇ ਅਸੀਂ ਚਲਾਇਆ 9972411111, ਇਸ ਨੰਬਰ 'ਤੇ ਕਾਲ ਕਰਕੇ ਆਪਣੀ ਤਫਸੀਲ ਦੇ ਵਿੱਚ ਜਾਣਕਾਰੀ ਲਓ, ਡਿਟੇਲਸ ਦੇ ਵਿੱਚ ਜਾਣਕਾਰੀ ਲਓ, ਜਿੰਨਾ ਚਿਰ ਮਰਜ਼ੀ ਫੋਨ 'ਤੇ ਗੱਲ ਕਰਕੇ ਇਨਫੋਰਮੇਸ਼ਨ ਲਓ, ਜੋ ਤਸੱਲੀ ਹੁੰਦੀ ਹੈ ਉਦੋਂ ਹੀ ਫੋਨ ਕੱਟੋ। ਸੋ ਅੱਜ ਆਪਣੇ 15-20 ਮਿੰਟ ਦੇ ਸ਼ੋਅ ਦੇ ਵਿੱਚ ਮੈਂ ਗੁਜ਼ਾਰਿਸ਼ ਕਰੂੰਗਾ ਕਿ ਜਿਹੜੀ ਬਿਨਾਂ ਆਈਲੈਟਸ ਮੁਹਿੰਮ ਚਲਾਈ ਹੈ ਕੈਨੇਡਾ ਅਤੇ UK ਦੀ, ਉਹਦੀ ਬਾਰੇ ਜਾਣਕਾਰੀ ਦਿਓ। ਪਹਿਲਾਂ UK ਤੋਂ ਸ਼ੁਰੂਆਤ ਕਰਦੇ ਹਾਂ ਕਿ UK ਦੇ ਵਿੱਚ ਬਿਨਾਂ ਆਈਲੈਟਸ ਕੀ ਬੱਚਿਆਂ ਨਾਲ ਜਾਣਾ ਸੰਭਵ ਹੈਗਾ ਸਤੰਬਰ ਸੈਸ਼ਨ 'ਚ? ਦੇਖੋ, ਬਹੁਤ ਸਾਰੀ ਯੂਨੀਵਰਸਿਟੀ ਔਰ ਈਵਨ UK ਗਵਰਨਮੈਂਟ ਨੇ ਵੀ ਇਹ ਪੂਰੀ ਯੂਨੀਵਰਸਿਟੀਆਂ ਨੂੰ ਆਪਣੀ ਸਪੋਰਟ ਦੇ ਦਿੱਤੀ ਹੈ ਕਿ ਸਪਤੰਬਰ ਇਨਟੇਕ ਜਿਹੜਾ ਅਸੀਂ ਰਨ ਕਰਾਂਗੇ, ਔਰ UK VFS ਜਿਹੜਾ ਹੈਗਾ ਉਹ ਓਪਨ ਹੋ ਗਿਆ, ਔਰ 1 July ਤੋਂ ਜਿਹੜੀਆਂ ਹੈਗੀਆਂ ਉਹ ਬਾਇਓਮੈਟ੍ਰਿਕ ਔਰ ਐਪਲੀਕੇਸ਼ਨਸ ਜਿਹੜੀਆਂ ਉਹ ਸਬਮਿਟ ਹੋਣੀਆਂ ਸਟਾਰਟ ਹੋ ਜਾਣਗੀਆਂ ਸਪਤੰਬਰ ਇਨਟੇਕ ਦੀਆਂ। ਸੋ ਕੈਨੇਡਾ ਵੀ ਵੈਰੀ ਸੂਨ 1 July ਤੋਂ ਆਪਣਾ VFS ਜਿਹੜਾ ਉਹ ਖੋਲ੍ਹਣ ਜਾ ਰਿਹਾ ਹੈਗਾ। ਇਸ ਚੀਜ਼ ਦੀ ਆਫਿਸ਼ੀਅਲੀ ਤੌਰ 'ਤੇ, ਅਧਿਕਾਰਿਕ ਤੌਰ 'ਤੇ ਪੁਸ਼ਟੀ ਨਹੀਂ ਹੋਈ, ਬਟ UK ਨੇ ਅਧਿਕਾਰਿਕ ਤੌਰ 'ਤੇ ਇਸ ਚੀਜ਼ ਦੀ ਪੁਸ਼ਟੀ ਕਰ ਦਿੱਤੀ ਹੈਗੀ ਆ ਕਿ ਉਹਨਾਂ ਨੇ ਆਪਣਾ VFS ਸੈਂਟਰ ਜਿਹੜਾ ਉਹ ਓਪਨ ਕਰ ਦਿੱਤਾ। ਜਿਹੜੇ ਵਿਦਿਆਰਥੀ UK ਵਿਦਾਊਟ ਆਇਲਸ ਇਕੱਲੇ ਹੀ ਆਪਣੇ ਸਪਾਊਸ ਆਪਣੇ ਬੱਚਿਆਂ ਦੇ ਨਾਲ ਜਾਣਾ ਚਾਹੁੰਦੇ, ਸਪਤੰਬਰ ਇਨਟੇਕ ਲਈ ਸਮਾਂ ਬਹੁਤ ਘੱਟ ਆ। ਹੁਣ ਜਿਹੜੇ ਵੀ ਬੱਚਿਆਂ ਦੇ ਜ਼ਿਹਨ ਦੇ ਵਿੱਚ ਸਵਾਲ ਸੀ VFS ਖੁੱਲ੍ਹੇਗਾ ਫਿਰ ਅਸੀਂ ਜਾਵਾਂਗੇ ਫਿਰ ਅਪਲਾਈ ਕਰਾਂਗੇ, ਉਹਨਾਂ ਵਿਦਿਆਰਥੀਆਂ ਨੂੰ ਹੁਣ ਸਮਾਂ ਬਿਲਕੁਲ ਵੀ ਜਿਹੜਾ ਉਹ ਗਵਾਉਣਾ ਨਹੀਂ ਚਾਹੀਦਾ, ਕਿਉਂਕਿ ਬਹੁਤ ਹੀ ਜਲਦੀ ਬਹੁਤ ਰਸ਼ ਹੋਣ ਵਾਲਾ ਹੈ, ਸੀਟਾਂ ਖਤਮ ਹੋਣ ਵਾਲੀਆਂ, ਹਰ ਕਿਸੇ ਦੇ ਮਨ ਦੇ ਵਿੱਚ ਭੱਜੋ ਦੌੜ ਮੱਚ ਗਈ ਹੈ, ਲੋਕ ਐਡਮਿਸ਼ਨ ਲੈਣਿਆਂ ਦੀ ਆਉਣਾ ਸਟਾਰਟ ਕਰ ਗਏ ਨੇ। ਸੋ ਜਲੰਧਰ ਅੰਮ੍ਰਿਤਸਰ ਦੇ ਵਿੱਚ ਹਰ ਰੋਜ਼ ਹੀ ਵਿਦਿਆਰਥੀ ਆਪਣੀ ਐਡਮਿਸ਼ਨਸ ਅਪਲਾਈ ਕਰ ਰਹੇ ਆ। ਸੋ ਜੇਕਰ ਤੁਸੀਂ ਵੀ UK ਵਿਦਾਊਟ ਆਇਲਸ ਇਕੱਲੇ ਹੀ ਆਪਣੇ ਸਪਾਊਸ ਆਪਣੇ ਬੱਚਿਆਂ ਨੂੰ ਵਿਦਾਊਟ ਆਇਲਸ ਜੇ ਲੈ ਕੇ ਜਾਣਾ ਚਾਹੁੰਦੇ ਔਰ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਚਾਹੁੰਦੇ ਹੋ, ਤਾਂ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਦੇ ਅੰਮ੍ਰਿਤਸਰ ਅਤੇ ਜਲੰਧਰ ਦਫ਼ਤਰ ਦੇ ਵਿੱਚ ਤੁਸੀਂ ਮਿਲ ਕੇ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੋ। ਕੈਂਬਰਿਜ ਇੰਟਰਨੈਸ਼ਨਲ ਅਕੈਡਮੀ UK ਜਾਣ ਵਾਲੇ ਵਿਦਿਆਰਥੀਆਂ ਤੋਂ ਪੈਸੇ ਉਦੋਂ ਲੈਂਦੀ ਹੈ ਜਦੋਂ ਵੀਜ਼ਾ ਲੱਗਦਾ ਹੈ। ਸੋ UK ਕਿਹੜੀ ਕਿਹੜੀ ਪ੍ਰੋਫਾਈਲ ਦਾ ਬੱਚਾ ਜਾ ਸਕਦਾ ਹੈ ਉਹਦੇ ਬਾਬਤ ਅੱਜ ਗੱਲ ਕਰਾਂਗੇ। ਜੇਕਰ ਤੁਸੀਂ +2 2016, 2017, 2018, 2019 ਦੇ ਵਿੱਚ ਪਾਸ ਆਊਟ ਹੋ, ਤੁਹਾਡਾ ਸਟੱਡੀ ਦੇ ਵਿੱਚ 4-5 ਸਾਲ ਦਾ ਗੈਪ ਹੈ, ਤਾਂ ਵੀ ਤੁਸੀਂ ਆਫਟਰ +2 ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੋ। ਬਟ ਉਹਦੇ 'ਚ ਕੁਛ ਕੰਡੀਸ਼ਨਾਂ ਹੈ। ਜਿਨ੍ਹਾਂ ਵਿਦਿਆਰਥੀਆਂ ਨੇ +2 2016 ਦੇ ਵਿੱਚ ਕੀਤੀ ਹੈ, ਇੰਗਲਿਸ਼ 'ਚੋਂ 70% ਨੰਬਰ ਨੇ, ਵਿਦਆਊਟ ਆਇਲਸ ਜਾ ਸਕਦੇ ਹੋ। ਜੇਕਰ ਤੁਸੀਂ +2 2017, 2018, 2019 'ਚ ਕੀਤੀ ਆ, ਇੰਗਲਿਸ਼ 'ਚੋਂ 60% ਨੰਬਰ ਨੇ, ਤਾਂ ਵੀ ਤੁਸੀਂ ਵਿਦਆਊਟ ਆਇਲਸ ਜਾ ਸਕਦੇ ਹੋ। ਇੱਕ ਸਾਡੇ ਕੋਲ ਬੜਾ ਯੂਨੀਕ ਪ੍ਰੋਗਰਾਮ ਹੈਗਾ ਹੈ, ਉਹਦੇ ਵਿੱਚ ਕੀ ਹੈਗਾ ਕਿ ਜਿਨ੍ਹਾਂ ਵਿਦਿਆਰਥੀਆਂ ਨੇ +2 2017, 2018, 2019 ਦੇ ਵਿੱਚ ਕੀਤੀ ਆ, ਇੰਗਲਿਸ਼ ਦੇ ਵਿੱਚ ਚਾਹੇ 40% ਵੀ ਨੰਬਰ ਨੇ, ਉਹ ਵੀ ਵਿਦਆਊਟ ਆਇਲਸ ਜਿਹੜੀ ਹੈਗੀ ਐਡਮਿਸ਼ਨ ਲੈ ਕੇ UK ਦੇ ਵਿੱਚ ਜਾ ਸਕਦੇ। ਐਕਸਕਲੂਸਿਵ ਕੁਛ ਯੂਨੀਵਰਸਿਟੀਆਂ ਨੇ ਦੇ ਨਾਲ ਅਸੀਂ ਟਾਈ ਅਪ ਕਰਕੇ ਯੂਨੀਕ ਪ੍ਰੋਗਰਾਮ ਜਿਹੜਾ ਉਹ ਸਟਾਰਟ ਕੀਤਾ ਹੈਗਾ। ਸੋ ਇਹਦੇ ਵਿੱਚ ਪਰਸੈਂਟੇਜ ਜਿਹੜੀ ਉਹ ਮੈਟਰ ਨਹੀਂ ਕਰਦੀ, ਘੱਟ ਪਰਸੈਂਟੇਜ 'ਤੇ ਵੀ ਤੁਸੀਂ UK ਵਿਦਆਊਟ ਆਇਲਸ ਜਾ ਸਕਦੇ ਹੋ। ਦੂਸਰਾ, ਜਿਹੜੇ ਵਿਦਿਆਰਥੀ ਸਪਾਊਸ ਵੀਜ਼ੇ 'ਤੇ ਜਾਣਾ ਚਾਹੁੰਦੇ, ਜੇਕਰ ਤੁਸੀਂ ਮੈਰਿਡ ਹੋ, ਆਪਣੇ ਸਪਾਊਸ ਨੂੰ ਨਾਲ ਖੜਨਾ ਚਾਹੁੰਦੇ ਹੋ, ਆਪਣੇ ਬੱਚਿਆਂ ਨੂੰ ਨਾਲ UK ਖੜਨਾ ਚਾਹੁੰਦੇ ਹੋ, ਤੁਹਾਡੀ ਮੇਨ ਜਿਹੜੀ ਮਿਨੀਮਮ ਕੁਆਲੀਫਿਕੇਸ਼ਨ ਬੈਚਲਰ ਪਾਸ ਹੋਣੀ ਚਾਹੀਦੀ, ਸਪਾਊਸ ਚਾਹੇ ਤੁਹਾਡਾ 10th ਪਾਸ ਹੋਵੇ ਚਾਹੇ ਉਹਦੀ ਕੋਈ ਵੀ ਕੁਆਲੀਫਿਕੇਸ਼ਨ ਨਾ ਹੋਵੇ, ਤਾਂ ਵੀ ਤੁਹਾਡਾ ਸਪਾਊਸ ਔਰ ਤੁਹਾਡੇ ਬੱਚਿਆਂ ਦਾ ਇਕੱਠੇ ਹੀ ਵੀਜ਼ਾ ਲੱਗੇਗਾ। ਸੋ ਇਸ ਟਾਈਮ 'ਤੇ UK ਨੇ ਪਹਿਲੀ ਇਹ ਕੰਟਰੀ ਆ ਜਿਹਨੇ ਸਪਤੰਬਰ ਇਨਟੇਕ ਲਈ ਆਫਿਸ਼ੀਅਲੀ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ, ਔਰ UK ਗਵਰਨਮੈਂਟ ਨੇ ਇਹ ਪੂਰੀ ਜਿਹੜੀ ਆ 100% ਇਸ ਚੀਜ਼ ਦੀ ਜਿਹੜੀ ਆ ਪੁਸ਼ਟੀ ਕੀਤੀ ਆ ਕਿ ਸਪਤੰਬਰ ਇਨਟੇਕ ਅਸੀਂ ਰਨ ਕਰਾਂਗੇ, ਔਰ ਸਾਰੇ ਹੀ ਵਿਦਿਆਰਥੀਆਂ ਨੂੰ ਅਸੀਂ ਜਿਹੜਾ ਹੈਗਾ ਵਾ
ਉਹ ਇੱਥੋਂ ਲੈ ਕੇ ਆਪਣੀ ਕੰਟਰੀ ਦੇ ਵਿੱਚ ਜਾ ਕੇ ਪੜ੍ਹਾਈ ਜਿਹੜੀ ਉਹ ਸਟਾਰਟ ਕਰਾਂਗੇ। ਸੋ ਇਹਦੇ ਨਾਲ ਨਾਲ ਹੀ ਕੈਨੇਡਾ ਦੇ ਵਿੱਚ ਵੀ ਚੰਗੀ ਖਬਰ ਆਉਣੀ ਸ਼ੁਰੂ ਹੋ ਗਈ ਹੈ। ਕੈਨੇਡਾ ਤੁਹਾਨੂੰ ਸਭ ਨੂੰ ਹੀ ਪਤਾ ਕਿ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਨੇ ਮਹਿਮ ਸ਼ੁਰੂ ਕੀਤੀ ਘੱਟ ਪੈਸਿਆਂ ਦੇ ਵਿੱਚ, 3.5 ਲੱਖ ਰੁਪਈਆ ਸਰਕਾਰੀ ਕਾਲਜ ਦੇ ਵਿੱਚ ਤੁਸੀਂ ਪੈਸੇ ਦੇ ਕੇ ਜਾ ਸਕਦੇ ਹੋ। ਜਿਨ੍ਹਾਂ ਵਿਦਿਆਰਥੀਆਂ ਨੇ ਆਇਲਸ ਕੀਤੀ ਹੈ ਜਾਂ ਪਹਿਲਾਂ ਰਿਫਿਊਜ਼ ਹੋਏ, ਇੱਕ ਵਾਰ ਨਹੀਂ ਦੋ ਵਾਰ ਨਹੀਂ ਚਾਹੇ 5 ਵਾਰ ਹੋ, ਉਹਨਾਂ ਵਿਦਿਆਰਥੀਆਂ ਨੂੰ ਇਸ ਸਮੇਂ ਆਪਣੀ ਕਿਸਮਤ ਜ਼ਰੂਰ ਅਜਮਾ ਲੈਣੀ ਚਾਹੀਦੀ ਹੈ, ਕਿਉਂਕਿ ਡਿਊ ਟੂ ਕੋਵਿਡ-19 ਇਸ ਸਮੇਂ ਵੀਜ਼ੇ ਦੀ ਜਿਹੜੀ ਰੇਸ਼ੋ ਆ ਵਧਣ ਵਾਲੀ ਹੈ। ਰਿਫਿਊਜ਼ਲ ਕੇਸ ਨੂੰ ਖਾਸ ਤੌਰ 'ਤੇ ਅਸੀਂ ਸੱਦਾ ਦੇ ਰਹੇ ਹਾਂ ਜਿਨ੍ਹਾਂ ਵਿਦਿਆਰਥੀਆਂ ਦਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ, ਆਸਟ੍ਰੇਲੀਆ ਤੋਂ ਵੀਜ਼ਾ ਰਿਫਿਊਜ਼ ਹੈ, ਉਹ ਇਸ ਸਮੇਂ ਕੈਨੇਡਾ ਜ਼ਰੂਰ ਆਪਣਾ ਵੀਜ਼ਾ ਅਪਲਾਈ ਕਰ ਲੈਣ। ਦੂਸਰਾ, ਅਸੀਂ ਸ਼ੁਰੂਆਤ ਕੀਤੀ ਸੀ ਵਿਦਾਊਟ ਆਇਲਸ। ਵਿਦਾਊਟ ਆਇਲਸ ਤੁਸੀਂ ਸਾਡੀਆਂ ਸਕਸੈਸ ਸਟੋਰੀਜ਼, ਸਾਡੇ ਵੀਜ਼ਾ ਜਿਹੜੇ ਉਹ ਸਾਡੇ ਯੂਟਿਊਬ ਚੈਨਲ ਔਰ ਫੇਸਬੁੱਕ 'ਤੇ ਤੁਸੀਂ ਦੇਖ ਸਕਦੇ ਹੋ। ਪੰਜਾਬ ਦਾ ਮੇਰੇ ਖਿਆਲ ਕੋਈ ਵੀ ਇਹੋ ਜਿਹਾ ਜ਼ਿਲ੍ਹਾ ਨਹੀਂ ਹੋਣਾ ਜਿੱਥੋਂ ਦੇ ਬੱਚਿਆਂ ਦੇ ਵੀਜ਼ੇ ਨਹੀਂ ਲੱਗੇ। ਜੇ ਮੈਂ ਜਲੰਧਰ ਦੀ ਗੱਲ ਕਰਾਂ, ਕਪੂਰਥਲਾ, ਲੁਧਿਆਣਾ, ਗੁਰਦਾਸਪੁਰ, ਤਰਨ ਤਾਰਨ, ਇਹ ਪੰਜਾਬ ਦੇ ਕੋਈ ਵੀ ਜ਼ਿਲ੍ਹੇ, ਈਵਨ ਬਠਿੰਡਾ, ਮਾਨਸਾ, ਹਰ ਇੱਕ ਜ਼ਿਲ੍ਹੇ ਦੇ ਬੱਚੇ ਦੀ ਸਕਸੈਸ ਸਟੋਰੀ ਤੁਸੀਂ ਸਾਡੇ ਫੇਸਬੁੱਕ ਚੈਨਲ ਦੇ ਉੱਤੇ ਦੇਖ ਸਕਦੇ ਹੋ, ਜਿਨ੍ਹਾਂ ਨੇ ਵਿਦਾਊਟ ਆਇਲਸ ਵੀਜ਼ੇ ਜਿਹੜੇ ਆ ਉਹ ਲਏ। ਬਹੁਤ ਸਾਰੇ ਲੋਕ ਨੇ ਇਸ ਚੀਜ਼ ਦੀ ਵਿਰੋਧਤਾ ਕਰ ਰਹੇ ਜੀ, ਵਿਦਾਊਟ ਆਇਲਸ ਵੀਜ਼ੇ ਨਹੀਂ ਲੱਗਦੇ। ਸ਼ਾਇਦ ਉਹਨਾਂ ਏਜੰਟਾਂ ਨੂੰ ਨੌਲੇਜ ਨਹੀਂ ਹੈਗੀ। ਮੈਂ ਉਹਨਾਂ ਏਜੰਟਾਂ ਨੂੰ ਵੀ ਕਹਾਂਗਾ ਕਿ ਇੱਕ ਵਾਰੀ ਵੀਡੀਓ ਜ਼ਰੂਰ ਚੈੱਕ ਕਰ ਲੈਣ। ਜੇਕਰ ਕਿਸੇ ਏਜੰਟ ਨੂੰ ਸਮਝ ਨਹੀਂ ਆ ਰਹੀ, ਜਾਣਕਾਰੀ ਚਾਹੀਦੀ ਕਿ ਵਿਦਾਊਟ ਆਇਲਸ ਕਿਸ ਤਰੀਕੇ ਨਾਲ ਵੀਜ਼ੇ ਲੱਗਦੇ ਨੇ, ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਹੈਗਾ। ਸੋ ਅਸੀਂ ਉਹਨਾਂ ਨੂੰ ਵੀ ਜਾਣਕਾਰੀ ਦੇਣ ਲਈ ਤਿਆਰ ਹੈਗੇ ਹਾਂ। ਸੋ ਗੁੰਮਰਾਹ ਨਹੀਂ ਕਰਨਾ ਚਾਹੀਦਾ ਬੱਚਿਆਂ ਨੂੰ ਕਿ ਵਿਦਾਊਟ ਆਇਲਸ ਵੀਜ਼ੇ ਨਹੀਂ ਲੱਗਦੇ। ਵਿਦਾਊਟ ਆਇਲਸ ਵੀਜ਼ੇ ਲੱਗ ਰਹੇ ਆ, ਬਟ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਹਰ ਇੱਕ ਬੰਦੇ ਦਾ ਕੰਮ ਕਰਨ ਦਾ ਤਰੀਕਾ ਜਿਹੜਾ ਉਹ ਅਲੱਗ ਅਲੱਗ ਆ। ਸੋ ਅੱਜ ਜਿਵੇਂ ਮਨੀਸ਼ ਜੀ ਇਹ ਐਂਕਰ ਨੇ, ਇਹ ਸਿਰਫ ਸਵਾਲ ਪੁੱਛ ਸਕਦੇ, ਆਨਸਰ ਤਾਂ ਮੈਨੂੰ ਦੇਣਾ ਪੈਣਾ। ਸੋ ਹਰ ਇੱਕ ਬੰਦੇ ਦੇ ਕੰਮ ਕਰਨ ਦਾ ਤਰੀਕਾ, ਉਹਨੂੰ ਨੌਲੇਜ ਹੈਗੀ ਆ। ਸੋ ਹਰ ਇੱਕ ਬੰਦਾ ਹਰ ਇੱਕ ਕੰਮ ਨਹੀਂ ਕਰ ਸਕਦਾ। ਸੋ ਵਿਦਾਊਟ ਆਇਲਸ ਵੀ ਵੀਜ਼ੇ ਲੱਗ ਰਹੇ, ਵਿਦ ਆਇਲਸ ਵੀ ਵੀਜ਼ੇ ਲੱਗ ਰਹੇ ਆ ਇਸ ਟਾਈਮ 'ਤੇ ਡਿਊ ਟੂ ਕੋਵਿਡ-19। ਆਇਲਸ ਦੇ ਇਗਜ਼ਾਮ ਜਿਹੜੇ ਦੋਸਤੋ ਇਸ ਸਾਲ ਹੋਣੇ ਸੰਭਵ ਨਹੀਂ ਆ, ਕਿਉਂਕਿ ਕਰੋਨਾ ਵਾਇਰਸ ਦੇ ਹਰ ਰੋਜ਼ ਕੇਸ ਵੱਧ ਰਹੇ ਨੇ। ਅੱਜ ਇੰਡੀਆ ਦੀ ਗੱਲ ਕਰਾਂ ਤਾਂ ਅੰਕੜਾ 4 ਲੱਖ ਦੇ ਕਰੀਬ ਪਹੁੰਚ ਗਿਆ। ਸੋ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਅੰਕੜਾ 4,000 ਤੋਂ ਪਾਰ ਕਰ ਗਿਆ। ਸੋ ਸੈਂਕੜੇ ਲੋਕਾਂ ਦੀ ਮੌਤ ਹੋ ਰਹੀ ਹੈ। ਸਰਕਾਰ ਸੋਸ਼ਲ ਡਿਸਟੈਂਸਿੰਗ ਨੂੰ ਮੇਨਟੇਨ ਰੱਖਣ ਲਈ ਸਕੂਲ, ਕਾਲਜ, ਈਵਨ ਆਇਲਸ ਕੋਚਿੰਗ ਸੈਂਟਰ ਇਹ ਸਾਰੇ ਦੇ ਸਾਰੇ ਬੰਦ ਰੱਖੇ ਨੇ। ਆਇਲਸ ਦੇ ਇਗਜ਼ਾਮ ਟੈਂਪਰੇਰੀ ਤੌਰ 'ਤੇ ਸਸਪੈਂਡ ਕਰ ਦਿੱਤੇ ਗਏ ਆ। ਸੋ ਇਸ ਸਮੇਂ ਇੱਕ ਹੀ ਇਗਜ਼ਾਮ ਹੈਗਾ, PTE ਔਰ ਡਲਿੰਗੋ। ਜੇਕਰ ਤੁਸੀਂ ਡਲਿੰਗੋ ਔਰ PTE ਦਾ ਇਗਜ਼ਾਮ ਦੇ ਕੇ ਕੈਨੇਡਾ ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਤਾਂ ਵੀ ਮੋਸਟ ਵੈਲਕਮ ਹੈ। ਵਿਦਾਊਟ ਆਇਲਸ ਦਾ ਮਤਲਬ ਇਹ ਨਹੀਂ ਕਿ ਉਹ ਬੱਚਾ ਜਿਹਨੂੰ ਇੰਗਲਿਸ਼ ਬੋਲਣੀ ਨਹੀਂ ਆਉਂਦੀ, ਇੰਗਲਿਸ਼ ਸਮਝਣੀ ਨਹੀਂ ਆਉਂਦੀ, ਉਹ ਬੱਚਾ ਚਲੇ ਜਾਏਗਾ। ਉਹ ਬੱਚੇ ਸਾਡੇ ਕੋਲ ਨਾ ਆਉਣ, ਅਸੀਂ ਉਹਨਾਂ ਬੱਚਿਆਂ ਨੂੰ ਅਸੀਂ ਨਹੀਂ ਕੈਨੇਡਾ ਭੇਜਦੇ। ਜਿਹੜੇ ਬੱਚੇ ਨੂੰ ਇੰਗਲਿਸ਼ ਸਮਝਣੀ ਆਉਂਦੀ ਆ, ਬੋਲਣੀ ਆਉਂਦੀ ਆ, ਲਿਖਣੀ ਆਉਂਦੀ ਹੈ, ਉਹੀ ਵਿਦਿਆਰਥੀ ਹੁਣ ਸਿਰਫ ਪੜ੍ਹਾਈ ਕਰਨ ਵਾਲਾ ਬੱਚਾ ਹੀ ਸਾਡੇ ਕੋਲ ਆਵੇ, ਕਿਉਂਕਿ ਅਸੀਂ ਜਿਸ ਕਾਲਜ ਦੇ ਵਿੱਚ ਭੇਜ ਰਹੇ ਹਾਂ ਅਸੀਂ ਨਹੀਂ ਚਾਹੁੰਦੇ ਕਿ ਉੱਥੇ ਜਾ ਕੇ ਬੱਚੇ ਪਹੁੰਚਣ, ਉਹਨਾਂ ਨੂੰ ਇੰਗਲਿਸ਼ ਹੀ ਨਾ ਸਮਝ ਆਏ ਔਰ ਬਾਅਦ ਦੇ ਵਿੱਚੋਂ ਉਹ ਬੱਚੇ ਵਾਪਸ ਹੋਣ। ਇਸ ਲਈ ਜਿਹੜੇ ਬੱਚੇ ਪੜ੍ਹਾਈ ਕਰਨ ਜਾਣਾ ਕੈਨੇਡਾ ਚਾਹੁੰਦੇ ਉਹੀ ਬੱਚੇ ਸਾਡੇ ਕੋਲ ਆ ਕੇ ਵਿਦਾਊਟ ਆਇਲਸ ਆਪਣਾ ਦਾਖਲਾ ਅਪਲਾਈ ਕਰ ਸਕਦੇ। ਵਿਦਾਊਟ ਆਇਲਸ ਦੀ ਰਿਕੁਆਇਰਮੈਂਟ ਤੁਹਾਨੂੰ ਸਮਝਾ ਦਿੰਦਾ ਕਿ ਕਿਹੜੀ ਕਿਹੜੀ ਪ੍ਰੋਫਾਈਲ ਦੇ ਬੱਚੇ ਦਾ ਵੀਜ਼ਾ ਲੱਗਣਾ। ਜਿਨ੍ਹਾਂ ਵਿਦਿਆਰਥੀਆਂ ਨੇ +2 2017-18-19 ਦੇ ਵਿੱਚ ਕੀਤੀ ਹੈ, ਇੰਗਲਿਸ਼ ਸਬਜੈਕਟ ਦੇ ਵਿੱਚੋਂ 60% ਨੰਬਰ ਨੇ, ਓਵਰਆਲ ਚਾਹੇ ਤੁਹਾਡੇ 50% ਨੰਬਰ ਹੈ, ਤੁਸੀਂ ਵਿਦਾਊਟ ਆਇਲਸ ਜਾ ਸਕਦੇ ਹੋ। ਜਿਨ੍ਹਾਂ ਵਿਦਿਆਰਥੀਆਂ ਨੇ ਗ੍ਰੈਜੂਏਸ਼ਨ ਕੀਤੀ ਹੈ 2017-18-19, ਈਵਨ 2016 ਪਾਸ ਆਊਟ ਵੀ ਜਿਹੜਾ ਗ੍ਰੈਜੂਏਟ ਬੱਚਾ, ਸਟੱਡੀ ਤੋਂ ਬਾਅਦ 4 ਤੋਂ 5 ਸਾਲ ਦਾ ਗੈਪ ਹੈ, ਉਹ ਵੀ ਵਿਦਾਊਟ ਆਇਲਸ ਐਡਮਿਸ਼ਨ ਲੈ ਕੇ ਕੈਨੇਡਾ ਸਰਕਾਰੀ ਕਾਲਜ ਦੇ ਵਿੱਚ ਜਾ ਸਕਦਾ। ਔਰ ਫੀਸ ਕਿੰਨੀ ਹੈ? 3.5 ਲੱਖ ਰੁਪਈਆ 1 ਸਾਲ ਦੀ ਫੀਸ। ਸੋ ਬੜੇ ਘੱਟ ਪੈਸਿਆਂ ਦੇ ਵਿੱਚ ਤੁਸੀਂ ਕੈਨੇਡਾ ਚੰਗੀ ਜਗ੍ਹਾ 'ਤੇ ਪੜ੍ਹਾਈ ਕਰਨ ਜਾ ਸਕਦੇ ਹੋ। ਅੱਜ ਮਾਰਕੀਟ 'ਚ ਬਹੁਤ ਸਾਰੇ ਏਜੰਟ ਨੇ ਘੱਟ ਫੀਸ ਵਾਲੇ ਕਾਲਜ ਦੀ ਵਿਰੋਧਤਾ ਕਰ ਰਹੇ ਆ। ਕਾਰਨ ਕੀ ਹੈ? ਕਿਉਂਕਿ ਉਹਨਾਂ ਦਾ ਧੰਦਾ ਚੌਪਟ ਹੋ ਰਿਹਾ। ਜਿਹੜੇ 15-15-20-20 ਲੱਖ ਰੁਪਇਆ ਕਮਾਉਂਦੇ ਸੀ ਜਦੋਂ ਕੈਂਬਰਿਜ ਨੇ ਮਹਿਮ ਚਲਾਈ ਘੱਟ ਪੈਸਿਆਂ 'ਚ ਕੈਨੇਡਾ ਜਾਣ ਦੀ, ਅਤੇ ਇਸ ਚੀਜ਼ ਦੀਆਂ ਇਹਨਾਂ ਏਜੰਟਾਂ ਨੂੰ ਮਿਰਚਾਂ ਲੱਗ ਰਹੀਆਂ, ਕਿਉਂਕਿ ਇਹਨਾਂ ਨੇ ਮੋਟੇ ਜਿਹੜੇ ਪੈਸੇ ਤੁਹਾਡੇ ਤੋਂ ਬਟੋਰਨੇ ਸੀ ਉਹ ਧੰਦਾ ਉਹਨਾਂ ਦਾ ਅੱਜ ਚੌਪਟ ਹੋ ਗਿਆ। ਸੋ ਘੱਟ ਪੈਸਿਆਂ ਦੇ ਵਿੱਚ ਤੁਸੀਂ ਕਿਸ ਤਰੀਕੇ ਦੇ ਨਾਲ ਕੈਨੇਡਾ ਜਾਣਾ ਚਾਹੁੰਦੇ ਹੋ? ਔਰ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਪੰਜਾਬ ਦੀ ਪਹਿਲੀ ਉਹ ਕੰਪਨੀ ਹੈ ਜਿਹੜੀ ਘੱਟ ਪੈਸਿਆਂ ਦੇ ਵਿੱਚ ਵਿਦਿਆਰਥੀਆਂ ਨੂੰ ਕੈਨੇਡਾ ਭੇਜ ਰਹੀ ਆ। ਸੋ ਸਪਤੰਬਰ ਇਨਟੇਕ ਲਈ ਦਾਖਲੇ ਓਪਨ ਆ। ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਦਾ ਅੰਮ੍ਰਿਤਸਰ ਅਤੇ ਜਲੰਧਰ ਦਫ਼ਤਰ ਆ, ਇੱਥੇ ਤੁਸੀਂ ਵਿਜ਼ਿਟ ਕਰਕੇ ਜਾਂ ਘਰ ਬੈਠਿਆਂ ਹੀ ਸਾਡੇ ਵਟਸਐਪ ਨੰਬਰ 'ਤੇ
ਡਾਕੂਮੈਂਟ ਸੈਂਡ ਕਰਕੇ ਸਾਡੀ ਈਮੇਲ ਤੇ ਡਾਕੂਮੈਂਟ ਭੇਜ ਕੇ ਘਰ ਬੈਠਿਆਂ ਹੀ ਆਫਰ ਲੈਟਰ ਲੈ ਸਕਦੇ ਹੋ। ਸੋ ਸਮਾਂ ਬਹੁਤ ਹੀ ਘੱਟ ਆ, ਸਪਤੰਬਰ ਇਨਟੇਕ ਲਈ ਬਹੁਤ ਹੀ ਘੱਟ ਸੀਟਾਂ ਬਚੀਆਂ ਕਿਉਂਕਿ ਘੱਟ ਫੀਸ ਹੋਣ ਕਰਕੇ ਹਰ ਰੋਜ਼ ਪੰਜਾਬ ਦੇ ਕੀ ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ ਤੋਂ ਵਿਦਿਆਰਥੀ ਆ ਕੇ ਸਾਡੇ ਦਫ਼ਤਰਾਂ ਦੇ ਵਿੱਚ ਆਪਣੇ ਕੇਸ ਅਪਲਾਈ ਕਰ ਰਹੇ ਆ। ਹੁਣ ਇਸ ਟਾਈਮ ਦੇ ਉੱਤੇ ਸਿਰਫ ਸਾਡੇ ਕੋਲ 70 ਦੇ ਕਰੀਬ ਸੀਟਾਂ ਬਚੀਆਂ। ਜਿਹੜੇ ਵੀ ਵਿਦਿਆਰਥੀ ਜਾਣਾ ਚਾਹੁੰਦੇ ਆ, ਸਮਾਂ ਨਾ ਗਵਾਓ, ਸਿਰਫ 70 ਸੀਟਾਂ ਹੈ, ਉਸ ਤੋਂ ਬਾਅਦ ਸਾਡੇ ਕੋਲ ਕੋਈ ਵੀ ਸੀਟ ਨਹੀਂ ਹੈਗੀ। ਅਗਲਾ ਫਿਰ ਇਨਟੇਕ ਆ ਜਨਵਰੀ, ਔਰ ਜਨਵਰੀ ਇਨਟੇਕ ਦੇ ਵਿੱਚ 3.5 ਲੱਖ ਫੀਸ ਰਹਿੰਦੀ ਹੈ ਜਾਂ ਨਹੀਂ, ਇਸ ਚੀਜ਼ ਦੀ ਗਰੰਟੀ ਨਹੀਂ। ਅੱਜ ਦੀ ਡੇਟ ਦੇ ਵਿੱਚ ਕੈਨੇਡਾ ਦੇ ਵਿੱਚ ਜਿਹੜੇ ਵਿਦਿਆਰਥੀ ਪੜ੍ਹਾਈ ਕਰਨ ਜਾਣਾ ਚਾਹੁੰਦੇ ਆ, ਅੱਜ ਸਪਤੰਬਰ ਇਨਟੇਕ ਲਈ ਸਿਰਫ ਫੀਸ 3.5 ਲੱਖ ਆ 1 ਸਾਲ ਦੀ ਸਰਕਾਰੀ ਕਾਲਜ ਦੇ ਵਿੱਚ, ਜਿੱਥੇ ਤੁਸੀਂ 20 ਘੰਟੇ ਸਟੱਡੀ ਦੇ ਨਾਲ ਕੰਮ ਕਰ ਸਕਦੇ ਹੋ, ਔਰ ਸਟੱਡੀ ਤੋਂ ਬਾਅਦ 3 ਸਾਲ ਦਾ ਤੁਹਾਨੂੰ ਵਰਕ ਪਰਮਿਟ ਮਿਲੇਗਾ। ਕੋਰਸ ਤੁਹਾਨੂੰ ਤੁਹਾਡੀ ਮਨਮਰਜ਼ੀ ਦੇ ਮਿਲਣਗੇ। ਕਮਰਸ ਵਾਲੇ ਬੱਚਿਆਂ ਲਈ ਬਿਜ਼ਨਸ ਦੀ ਸਟੱਡੀ, ਨੋਨ ਮੈਡੀਕਲ ਵਾਲੇ ਬੱਚਿਆਂ ਲਈ IT, ਵੈਬਸਾਈਟ ਡਿਵੈਲਪਮੈਂਟ ਦੀ ਸਟੱਡੀ, ਆਰਟਸ ਵਾਲੇ ਬੱਚਿਆਂ ਲਈ ਬਹੁਤ ਹੀ ਵਧੀਆ ਪ੍ਰੋਗਰਾਮ ਹੈ ਈਵੈਂਟ ਮੈਨੇਜਮੈਂਟ ਦਾ। ਸੋ ਹਰ ਪ੍ਰੋਫਾਈਲ ਨਾਲ ਜੁੜੇ ਪ੍ਰੋਗਰਾਮ ਨੇ, ਬਟ ਜ਼ਰੂਰਤ ਆ ਇੱਕ ਸਕਰੀਨ 'ਤੇ ਡਿਸਪਲੇ ਹੋ ਰਹੇ ਨੰਬਰ 'ਤੇ ਕਾਲ ਕਰਕੇ ਸਾਡੀ ਟੀਮ ਨਾਲ ਅਪੁਆਇੰਟਮੈਂਟ ਫਿਕਸ ਕਰਕੇ ਸਪਤੰਬਰ ਇਨਟੇਕ ਦੇ ਵਿੱਚ ਕੈਨੇਡਾ ਜਾਂ UK ਵਿੱਚ ਪੜ੍ਹਾਈ ਕਰਨ ਜਾਣਾ ਚਾਹੁੰਦੇ ਹੋ, ਅਤੇ ਅਸੀਂ ਤੁਹਾਡਾ ਵੈਲਕਮ ਕਰਦੇ ਹਾਂ, ਤੁਸੀਂ ਆਪਣੇ ਸਪਨਾ ਜਿਹੜਾ ਉਹ ਘੱਟ ਪੈਸਿਆਂ ਦੇ ਵਿੱਚ ਸਾਕਾਰ ਕਰ ਸਕਦੇ ਹੋ ਜੀ। ਸੋ ਜ਼ਿਆਦਾ ਜਾਣਕਾਰੀ ਲਈ 9174411 11 ਨੰਬਰ 'ਤੇ ਸੰਪਰਕ ਕਰ ਸਕਦੇ ਹੋ। ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਤੋਂ ਵੀਜ਼ਾ ਐਕਸਪਰਟ JP Singh ਜੀ ਸਾਡੇ ਨਾਲ ਹਾਜ਼ਰ ਨੇ। ਜਲੰਧਰ ਅਤੇ ਅੰਮ੍ਰਿਤਸਰ ਆਫਿਸ ਵਿਜ਼ਿਟ ਕਰ ਸਕਦੇ ਹੋ। ਆਉਣ ਤੋਂ ਪਹਿਲਾਂ ਅਪੁਆਇੰਟਮੈਂਟ ਜ਼ਰੂਰ ਫਿਕਸ ਕਰ ਲਓ ਕਿਉਂਕਿ COVID-19 ਕਰਕੇ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਿਆ ਜਾ ਰਿਹਾ। ਤੁਹਾਨੂੰ ਇੱਕ ਟਾਈਮ ਸਲੋਟ ਦਿੱਤਾ ਜਾਂਦਾ, ਉਸ ਟਾਈਮ ਸਲੋਟ ਦੇ ਵਿੱਚ ਹੀ ਤੁਸੀਂ ਅੱਗੇ ਇਹਨਾਂ ਨੂੰ ਮਿਲ ਸਕਦੇ ਹੋ ਤਾਂ ਕਿ ਤੁਸੀਂ ਸੋਸ਼ਲ ਡਿਸਟੈਂਸ ਨੂੰ ਬਰਕਰਾਰ ਰੱਖ ਸਕੋ ਔਰ ਤੁਹਾਨੂੰ ਜ਼ਿਆਦਾ ਸਮਾਂ ਵੀ ਇੰਤਜ਼ਾਰ ਨਾ ਕਰਨਾ ਪਵੇ। ਨੰਬਰ 9174411 11 ਇਸ ਨੰਬਰ 'ਤੇ ਸੰਪਰਕ ਕਰਕੇ ਜ਼ਿਆਦਾ ਜਾਣਕਾਰੀ ਹਾਸਲ ਕਰ ਸਕਦੇ ਹੋ। ਸੋ JP Singh ਜੀ, ਜੋ ਕੰਸਲਟੈਂਟ ਵੀਰ ਇਸ ਵੇਲੇ ਕਹਿ ਰਹੇ ਨੇ, ਉਹ ਕਹਿ ਰਹੇ ਕਿ COVID-19 ਤੋਂ ਬਾਅਦ ਜਿਹੜੀਆਂ ਫਾਈਲਾਂ ਲਗਾਈਆਂ ਹਾਲੇ ਤੱਕ ਉਹਨਾਂ ਦੇ ਨਤੀਜੇ ਨਹੀਂ ਆ ਰਹੇ, ਜੇ ਆ ਰਹੇ ਆ ਤਾਂ ਨਕਾਰਾਤਮਕ ਆ ਰਿਹਾ, ਰਿਜ਼ਲਟ ਪੋਜ਼ੀਟਿਵ ਨਹੀਂ ਆ ਰਹੇ, ਵੀਜ਼ੇ ਰਿਫਿਊਜ਼ ਹੋ ਰਿਹਾ, ਉੱਥੇ ਹੀ ਅਸੀਂ ਬਿਨਾਂ ਆਈਲੈਟਸ ਤੋਂ ਬੱਚਿਆਂ ਦੀ ਅਪਲਾਈ ਕਰਾਵਾਂਗੇ, ਤਾਂ ਕਿੰਨੀ ਕੁ ਮਤਲਬ ਇਨਸਾਫ ਲੱਗਦਾ ਹੈ? 6 ਬੈਂਡ ਵਾਲਿਆਂ ਦੇ ਰਿਫਿਊਜ਼ ਹੋ ਰਿਹਾ, ਬਿਨਾਂ ਬੁਲਾਇਆ ਆਈਲੈਟਸ ਵਾਲਿਆਂ ਦੇ ਵੀਜ਼ੇ ਆ ਜਾਣਗੇ। ਦੇਖੋ, ਕੈਨੇਡਾ ਹਾਈ ਕਮਿਸ਼ਨ ਦੀ ਗੱਲ ਕਰਾਂ ਤਾਂ ਉਹਨਾਂ ਨੇ ਆਪਣੀ ਵੈਬਸਾਈਟ ਦੇ ਵਿੱਚ ਓਪਨਲੀ ਇਹ ਚੀਜ਼ਾਂ ਡੇਟਾਂ ਡਿਕਲੇਅਰ ਕੀਤੀਆਂ ਕਿ 30 ਜੂਨ ਤੱਕ ਸਾਡੀ ਸਰਵਿਸ ਟੈਂਪਰੇਰੀ ਤੌਰ 'ਤੇ ਸਸਪੈਂਡ ਆ, ਯਾਨੀ ਕਿ 30 ਤਰੀਕ ਤੱਕ ਕੋਈ ਵੀ ਐਪਲੀਕੇਸ਼ਨ ਨਾ ਅਪਲਾਈ ਕਰੇ। ਹੁਣ ਜਿਹੜੇ ਵਿਦਿਆਰਥੀਆਂ ਨੇ, ਜਿਹੜੇ ਏਜੰਟਾਂ ਨੇ ਉਹ ਚੀਜ਼ ਨੂੰ ਨਹੀਂ ਪੜਿਆ, ਉਹ ਚੀਜ਼ ਦੀ ਜਾਣਕਾਰੀ ਲਏ ਬਿਨਾਂ ਹੀ ਐਪਲੀਕੇਸ਼ਨਾਂ ਲਾ ਦਿੱਤੀਆਂ, ਸੋ ਉਹਨਾਂ ਦੇ ਵੀਜ਼ੇ ਰਿਫਿਊਜ਼, ਈਵਨ 7 ਬੈਂਡ ਵਾਲੇ ਬੰਦਿਆਂ ਦੇ ਵੀ ਵੀਜ਼ੇ ਰਿਫਿਊਜ਼ ਹੋ ਗਏ। ਸਾਡੇ ਕੋਲ COVID-19 ਦੇ ਦਰਮਿਆਨ ਬਹੁਤ ਸਾਰੇ ਰਿਫਿਊਜ਼ਲ ਕੇਸ ਵੀ ਆਏ। ਹੁਣ ਜਦੋਂ ਕੈਨੇਡਾ ਹਾਈ ਕਮਿਸ਼ਨ ਇਹ ਕਹਿ ਰਿਹਾ ਕਿ 30 ਤਰੀਕ ਤੱਕ ਅਸੀਂ ਆਪਣੀਆਂ ਸਰਵਿਸਿਜ਼ ਜਿਹੜੀਆਂ ਉਹ ਟੈਂਪਰੇਰੀ ਤੌਰ 'ਤੇ ਸਸਪੈਂਡ ਕਰ ਦਿੱਤੀਆਂ, ਅਤੇ ਉਹਦੇ ਬਾਵਜੂਦ ਵੀ ਜੇਕਰ ਅਸੀਂ ਕੇਸ ਅਪਲਾਈ ਕਰਦੇ ਤਾਂ ਇਹ ਮੂਰਖਤਾ ਹੈ। ਸੋ ਏਜੰਟ ਨੂੰ ਵੀ ਅੰਬੈਸੀ ਦੀਆਂ ਹਰ ਇੱਕ ਗਾਈਡਲਾਈਨ ਨੂੰ ਫੋਲੋ ਕਰਨਾ ਚਾਹੀਦਾ, ਔਰ ਬੱਚਿਆਂ ਨੂੰ ਵੀ ਸਿਆਣੇ ਬਣਨਾ ਚਾਹੀਦਾ ਕਿ ਅੰਬੈਸੀ ਦੀਆਂ ਗਾਈਡਲਾਈਨ ਨੂੰ ਫੋਲੋ ਕਰੋ। ਸੋ ਅਸੀਂ ਇਸ ਟਾਈਮ 'ਤੇ ਕਿਸੇ ਵੀ ਬੱਚੇ ਦਾ ਵੀਜ਼ਾ ਨਹੀਂ ਅਪਲਾਈ ਕਰ ਰਹੇ, ਸਿਰਫ ਡਾਕੂਮੈਂਟ ਔਰ ਫਾਈਲਿੰਗ ਪ੍ਰੋਸੈਸ ਤਿਆਰ ਕਰਕੇ ਰੱਖ ਰਹੇ। ਅਸੀਂ 1 ਜੁਲਾਈ ਤੋਂ ਆਪਣੀਆਂ ਫਾਈਲਾਂ ਅੰਬੈਸੀ ਦੇ ਵਿੱਚ ਸਬਮਿਟ ਕਰਨੀਆਂ ਸਟਾਰਟ ਕਰਨੀਆਂ, ਕਿਉਂਕਿ 30 ਜੂਨ ਤੱਕ ਅੰਬੈਸੀ ਨੇ ਫਾਈਲ ਲਾਉਣ ਤੋਂ ਮਨ੍ਹਾ ਕੀਤਾ ਹੈਗਾ। ਸੋ ਬੱਚਿਆਂ ਨੂੰ ਆਪਣੀਆਂ ਨੌਲੇਜ ਜਿਹੜੀ ਅਪ ਟੂ ਡੇਟ ਰੱਖਣੀ ਚਾਹੀਦੀ, ਅੰਬੈਸੀ ਦੀਆਂ ਸਾਈਟਸ ਚੈੱਕ ਕਰੋ, ਕੈਨੇਡਾ ਹਾਈ ਕਮਿਸ਼ਨ ਇੰਡੀਆ ਦਾ ਫੇਸਬੁੱਕ ਪੇਜ ਹੈ, ਇਹਨੂੰ ਫੋਲੋ ਕਰੋ, ਏਜੰਟ ਨੂੰ ਜ਼ਿਆਦਾ ਤੁਹਾਨੂੰ ਉੱਥੇ ਨੌਲੇਜ ਮਿਲ ਜਾਏਗੀ, ਔਰ ਜਿਹੜੇ ਏਜੰਟ ਨੂੰ ਵੀ ਨਹੀਂ ਪਤਾ ਉਹ ਏਜੰਟ ਇਸ ਫੇਸਬੁੱਕ ਪੇਜ ਔਰ ਜਿਹੜਾ ਕੈਨੇਡਾ ਹਾਈ ਕਮਿਸ਼ਨ ਦਾ ਟਵਿੱਟਰ ਅਕਾਊਂਟ ਆ ਔਰ ਸਾਰੇ ਇਹ ਇਨਫੋਰਮੇਸ਼ਨ ਬੇਸਡ ਜਿਹੜੇ ਪੇਜ ਹੈ, ਇਹਨਾਂ ਨੂੰ ਫੋਲੋ ਕਰਨ ਤਾਂ ਕਿ ਉਹਨਾਂ ਨੂੰ ਨੌਲੇਜ ਮਿਲੇ। 30 ਤਰੀਕ ਤੱਕ ਜਿਹੜੀਆਂ ਸੇਵਾਵਾਂ ਜਿਹੜੀਆਂ ਉਹ ਸਸਪੈਂਡ ਕੀਤੀਆਂ ਹੈਗੀਆਂ ਜੀ। ਸੋ 30 ਤਰੀਕ ਤੋਂ ਬਾਅਦ ਜਿਹੜੀ ਜੇ ਫਾਈਲਿੰਗ ਹੁੰਦੀ ਹੈ ਜਾਂ 30 ਤਰੀਕ ਤੋਂ ਬਾਅਦ ਜਿਹੜੀ ਫਾਈਲ ਅੰਬੈਸੀ ਪੇਜ 'ਤੇ, ਕੀ ਫਿਰ ਉਹਦੇ ਪੋਜ਼ੀਟਿਵ ਰਿਜ਼ਲਟ ਆਉਣ ਦੀ ਉਮੀਦ? ਡੈਫੀਨੇਟਲੀ ਮਨੀਸ਼ ਜੀ, ਕਿ ਡਿਊ ਟੂ COVID-19 ਹਰ ਇੱਕ ਕੰਟਰੀ ਇਸ ਵੇਲੇ ਫਾਈਨੈਂਸ਼ੀਅਲ ਕ੍ਰਾਈਸਿਸ 'ਚ ਆ। ਹੁਣ ਕੈਨੇਡਾ ਵਿਦਾਊਟ ਆਇਲਸ ਮੈਂ ਐਡਮਿਸ਼ਨ ਨਹੀਂ ਦੇ ਰਿਹਾ, ਯੂਨੀਵਰਸਿਟੀ ਐਡਮਿਸ਼ਨ ਦੇ ਰਹੀ ਹੈ। ਅੱਜ ਯੂਨੀਵਰਸਿਟੀਆਂ ਜਿਹੜੀਆਂ 6 ਈਚ ਬੈਂਡ ਤੋਂ ਥੱਲੇ ਐਡਮਿਸ਼ਨ ਨਹੀਂ ਦਿੰਦੀਆਂ, ਉਹਨਾਂ ਨੇ ਆਇਲਸ ਦੀ ਰਿਕੁਆਇਰਮੈਂਟ ਵੇਵ ਕੀਤੀ ਹੈ। ਮੇਰਾ ਬਣਾਇਆ ਕਾਨੂੰਨ ਨਹੀਂ ਹੈਗਾ, ਮੈਂ ਵਿਦਾਊਟ ਆਇਲਸ ਪ੍ਰਮੋਟ ਨਹੀਂ ਕਰ ਰਿਹਾ। ਮੈਨੂੰ ਮੰਨ ਲਓ ਜੇ ਮੇਰੇ ਕੋਲ 100 ਯੂਨੀਵਰਸਿਟੀਆਂ ਤਾਂ ਮੈਨੂੰ ਜਿਹੜੀਆਂ 50 ਯੂਨੀਵਰਸਿਟੀਆਂ ਕਹਿ ਰਹੀਆਂ ਕਿ ਤੁਹਾਡੇ ਕੋਲ ਬੱਚੇ ਹੈਗੇ ਆ ਜਿਨ੍ਹਾਂ ਨੇ ਡਿਊ ਟੂ COVID-19 ਆਇਲਸ ਨਹੀਂ ਕੀਤੀ, ਅਸੀਂ ਉਹਨਾਂ ਦੇ ਜੇ ਚੰਗੇ ਆ
ਜਿਹੜੀ ਸਾਡੀ ਐਡਮਿਸ਼ਨ ਪਾਲਿਸੀ ਹੈ, ਜੇਕਰ ਬੱਚੇ ਦੇ 60% ਤੋਂ ਉੱਪਰ ਨੰਬਰ ਨੇ, ਅਸੀਂ ਵਿਦਾਊਟ ਆਇਲਸ ਉਹਦੀ ਇੰਗਲਿਸ਼ ਵੇਵ ਆਫ ਕਰਕੇ, ਆਇਲਸ ਵੇਵ ਆਫ ਕਰਕੇ ਅਸੀਂ ਉਹਨੂੰ ਜਿਹੜਾ ਹੈਗਾ ਵਾ ਵਿਦਾਊਟ ਆਇਲਸ ਐਡਮਿਸ਼ਨ ਦੇਵਾਂਗੇ। ਹੁਣ ਬਹੁਤ ਸਾਰੇ ਬੱਚੇ ਜਿਹੜੇ ਮੰਨ ਲਓ ਇੰਗਲਿਸ਼ 'ਚ ਵੀਕ ਨੇ, ਯੂਨੀਵਰਸਿਟੀਆਂ ਫ੍ਰੀ ਆਫ ਕੋਸਟ ਜਿਹੜੀਆਂ ਉਹਨਾਂ ਨੂੰ ਫਾਊਂਡੇਸ਼ਨ ਕੋਰਸ, ਇੰਗਲਿਸ਼ ਦਾ ਕੋਰਸ ਉੱਥੇ ਜਾ ਕੇ ਕੋਰਸ ਸਟਾਰਟ ਕਰਨ ਤੋਂ ਪਹਿਲਾਂ ਔਫਰ ਕਰਨਗੀਆਂ। ਸੋ ਮੈਂ ਪਿਛਾਰ ਇੱਕ ਸ਼ੋਅ ਦੇ ਵਿੱਚ ਇਹ ਚੀਜ਼ ਬੋਲਦਾ ਕਿ ਵਿਦਾਊਟ ਆਇਲਸ ਦਾ ਮਤਲਬ ਇਹ ਨਹੀਂ ਕਿ ਅਨਪੜ੍ਹ ਬੰਦਾ ਕੈਨੇਡਾ ਜਾ ਸਕਦਾ, ਵਿਦਾਊਟ ਆਇਲਸ ਦਾ ਮਤਲਬ ਉਹ ਸਟੂਡੈਂਟ ਜਿਹੜੇ ਇੰਗਲਿਸ਼ ਬੋਲਣਾ, ਲਿਖਣਾ ਅਤੇ ਸੁਣਨਾ ਜਾਣਦੇ ਨੇ, ਉਹੀ ਆਪਣਾ ਵੀਜ਼ਾ ਅਪਲਾਈ ਕਰਨ। ਦੂਸਰਾ ਕੋਈ ਵੀ ਬੱਚਾ ਵੀਜ਼ਾ ਨਾ ਅਪਲਾਈ ਕਰਕੇ ਆਪਣੇ ਪੈਸੇ, ਆਪਣਾ ਸਮਾਂ ਨਾ ਬਰਬਾਦ ਕਰੇ। ਜਿਹੜੇ ਜੈਨੂਅਨ ਤਰੀਕੇ ਦੇ ਨਾਲ ਕੈਨੇਡਾ ਜਾਣਾ ਚਾਹੁੰਦੇ, ਜੈਨੂਅਨ ਤਰੀਕੇ ਨਾਲ ਉੱਥੇ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ, ਉਹੀ ਸਟੂਡੈਂਟ ਆਉਣ। ਉਹ ਵਾਲੇ ਸਟੂਡੈਂਟ ਨਾ ਆਉਣ ਕਿ ਵੀਜ਼ਾ ਲਵਾ ਕੇ ਅਤੇ ਉੱਥੇ ਅੰਡਰਗਰਾਊਂਡ ਹੋ ਗਏ, ਗੈਪ ਹੋ ਜਾਣ। ਉਹ ਸਟੂਡੈਂਟ ਸਾਡੇ ਕੋਲ ਬਿਲਕੁਲ ਵੀ ਨਾ ਆਉਣ। ਜਿਹੜੇ ਸਟੂਡੈਂਟ ਨੇ ਜੈਨੂਅਨ ਤਰੀਕੇ ਨਾਲ ਕੈਨੇਡਾ ਜਾ ਕੇ ਪੜ੍ਹਾਈ ਕਰਨੀ, ਉਹੀ ਸਾਡੇ ਕੋਲ ਆਉਣ। ਸੋ ਇਸ ਟਾਈਮ 'ਤੇ UK ਔਰ ਕੈਨੇਡਾ ਤੁਹਾਡੇ ਲਈ ਓਪਨ ਹੈ। ਸੋ ਇਸ ਸਮੇਂ ਦੇ ਵਿੱਚ ਵੀਜ਼ਾ ਜਿਹੜੇ ਆ, UK ਆਲਰੇਡੀ 100% ਦੇ ਰਿਹਾ, ਕੈਨੇਡਾ ਨੇ ਆਉਣ ਵਾਲੇ ਸਮੇਂ ਦੇ ਵਿੱਚ ਗਿਣਤੀ ਜਿਹੜੀ ਵਧਾਉਣੀ ਹੈ। UK ਗੌਰਮੈਂਟ ਨੇ ਇੱਥੋਂ ਤੱਕ ਅਨਾਊਂਸ ਕਰ ਦਿੱਤਾ ਕਿ ਸਾਡਾ ਜਿਹੜਾ ਕੋਟਾ ਉਹ 6 ਲੱਖ ਸਟੂਡੈਂਟ ਨੂੰ ਇਨਵਾਈਟ ਕਰਨ ਦਾ ਹੈ। ਸੋ 6 ਲੱਖ ਲੋਕਾਂ ਨੂੰ ਵੀਜ਼ੇ ਮਿਲਣੇ, 6 ਲੱਖ ਲੋਕਾਂ ਨੂੰ ਵੀਜ਼ੇ ਮਿਲਣ ਦਾ ਮਤਲਬ ਤੁਸੀਂ ਖੁਦ ਹੀ ਆਈਡੀਆ ਲਗਾ ਸਕਦੇ ਹੋ। ਔਰ ਆਉਣ ਵਾਲਾ ਸਮਾਂ UK ਲਈ ਬਹੁਤ ਵਧੀਆ ਹੈ। 4 ਸਾਲ ਤੱਕ ਦੇ ਜਿਹੜੇ ਵਰਕ ਪਰਮਿਟ ਦੀ ਪ੍ਰਪੋਜ਼ਲ ਜਿਹੜੀਆਂ ਹੈਗੀਆਂ ਨੇ, ਉਹ ਮਿਨਿਸਟਰ ਗਵਰਨਮੈਂਟ ਅੱਗੇ ਪ੍ਰਪੋਜ਼ਲ ਰੱਖ ਰਹੇ ਆ ਤਾਂ ਕਿ ਉਹਨਾਂ ਦੇ ਦੇਸ਼ ਵੱਲ ਜ਼ਿਆਦਾ ਬੱਚੇ ਆਉਣ। ਜੀ, ਸੋ ਦਰਸ਼ਕਾਂ ਦੱਸ ਦਈਏ ਕਿ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਤੋਂ ਵੀਜ਼ਾ ਐਕਸਪੋਰਟ JP ਸਿੰਘ ਜੀ ਸਾਡੇ ਨਾਲ ਗੱਲਬਾਤ ਕਰ ਰਹੇ ਸੀ। 9124111 ਨੰਬਰ 'ਤੇ ਸੰਪਰਕ ਕਰ ਸਕਦੇ ਹੋ ਜੇਕਰ ਬਿਨਾਂ ਆਈਲੈਟਸ ਤੋਂ ਕੈਨੇਡਾ ਜਾਂ ਫਿਰ UK ਸਤੰਬਰ ਸੈਸ਼ਨ ਲਈ ਜਾਣਾ ਚਾਹੁੰਦੇ ਹੋ। 1 ਜੁਲਾਈ ਤੋਂ ਕੈਨੇਡਾ ਦੀ ਫਾਈਲਿੰਗ ਜਿਹੜੀ ਹੈ ਉਹ ਕਹਿੰਦੇ ਦੀ ਫਾਈਲਾਂ ਵੈਸੇ ਹੀ ਲਾਉਣੀਆਂ ਸ਼ੁਰੂ ਕਰ ਦਾਂਗੇ। UK ਹਾਈ ਕਮਿਸ਼ਨ ਵੱਲੋਂ ਆਪਣੇ ਕੁਛ ਇੱਕ ਜਿਹੜੀ ਹੈ ਔਪਚਾਰਿਕਤਾਵਾਂ ਸ਼ੁਰੂ ਕਰ ਦਿੱਤੀਆਂ ਨੇ। ਪਾਸਪੋਰਟ ਜਿਹਨਾਂ ਵੀਜ਼ੇ ਲੱਗੇ ਸੀ ਉਹਨਾਂ ਦੀ ਡਿਲੀਵਰੀ ਸ਼ੁਰੂ ਕਰ ਦਿੱਤੀ ਹੈ। ਇਹ ਇੱਕ ਸਾਈਨ ਹੈ ਕਿ ਬਹੁਤ ਜਲਦੀ UK VFS ਵੀ ਓਪਨ ਹੋ ਜਾਏਗਾ ਨਵੀਂ ਫਾਈਲਸ ਲਈ। ਸੋ ਜ਼ਿਆਦਾ ਜਾਣਕਾਰੀ ਲਈ 9124111 ਨੰਬਰ 'ਤੇ ਸੰਪਰਕ ਕਰ ਸਕਦੇ ਹੋ। ਆਉਣ ਕੁਛ ਇੱਕ ਬੱਚਿਆਂ ਨਾਲ ਮਿਲਾਉਂਦੇ ਜਿਹਨਾਂ ਨੇ ਬਿਨਾਂ ਆਈਲੈਟਸ ਤੋਂ ਵੀਜ਼ੇ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਰਾਹੀਂ ਹਾਸਲ ਕੀਤੇ। JP ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਮੈਂ ਮਨੀਸ਼ ਇੱਕ ਵਾਰ ਫਿਰ ਤੋਂ ਸਾਰਿਆਂ ਨੂੰ ਸਵਾਗਤ ਕਰਦਾ ਜੋ ਵੀ TV ਚੈਨਲ ਰਾਹੀਂ ਸਾਡੇ ਨਾਲ ਜੁੜੇ ਹੋਏ ਨੇ। ਸੋ ਹਰ ਰੋਜ਼ ਤੁਸੀਂ ਵੱਖ ਵੱਖ ਚੈਨਲ 'ਤੇ ਸਾਨੂੰ ਦੇਖਦੇ ਹੋ, ਔਰ ਜਿਹੜੇ ਵੀ ਵਿਦਿਆਰਥੀ ਵੀਜ਼ਾ ਲਵਾ ਕੇ ਵਿਦੇਸ਼ਾਂ ਵਿੱਚ ਜਾਣਾ ਚਾਹੁੰਦੇ ਨੇ, ਕਿਹੜੀ ਕਿਹੜੀ ਇਨਫੋਰਮੇਸ਼ਨ ਉਹਨਾਂ ਨੂੰ ਚਾਹੀਦੀ ਹੁੰਦੀ ਹੈ, ਕੋਸ਼ਿਸ਼ ਕਰਦੇ ਹਾਂ ਹਰ ਰੋਜ਼ TV ਚੈਨਲ 'ਤੇ ਦਿੰਦੀ। ਸੋ ਅੱਜ ਅਸੀਂ ਖਾਸ ਤੌਰ 'ਤੇ ਅੰਮ੍ਰਿਤਸਰ ਪਹੁੰਚੇ ਹੋਏ ਹਾਂ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਦੇ ਕੋਲ। ਵਿਦਾਊਟ ਆਇਲਸ ਬਹੁਤ ਚਰਚਾ 'ਚ ਆਇਆ ਸੀ 6 ਮਹੀਨੇ ਪਹਿਲਾਂ, ਸਾਲ ਦੀ ਗੱਲ ਕਰ ਲਈਏ ਤਾਂ ਬਹੁਤ ਸਾਰੇ ਵੀਜ਼ਾ ਆਏ ਵੀ, ਵੀਜ਼ੇ ਰਿਫਿਊਜ਼ ਵੀ। ਲੋਕਾਂ ਦੇ ਮਨਾਂ ਵਿੱਚ ਇਹ ਸੀ ਕਿ ਵਿਦਾਊਟ ਆਇਲਸ ਨਾਮ 'ਤੇ ਸਿਰਫ ਪੈਸਾ ਇਕੱਠਾ ਕੀਤਾ ਜਾਂਦਾ, ਵੀਜ਼ੇ ਨਹੀਂ ਆਉਂਦੇ। ਪਰ ਅੱਜ ਇੱਕ ਮਿਸਾਲ, ਇੱਕ ਲਾਈਵ ਬੱਚਿਆਂ ਨਾਲ ਗੱਲਬਾਤ ਕਰਵਾਵਾਂਗੇ ਜਿਹੜੇ ਬੱਚਿਆਂ ਨੇ ਵਿਦਾਊਟ ਆਇਲਸ ਵੀਜ਼ੇ ਹਾਸਲ ਕੀਤੇ ਹੈ। ਸੋ 50 ਬੱਚਿਆਂ ਪਿੱਛੇ ਇੱਕ ਵੀਜ਼ਾ ਸੁਣਿਆ ਜਾਂਦਾ ਸੀ, 100 ਬੱਚਿਆਂ ਪਿੱਛੇ ਇੱਕ ਵੀਜ਼ਾ ਸੁਣਿਆ ਜਾਂਦਾ ਸੀ, ਅੱਜ 25 ਬੱਚਿਆਂ ਪਿੱਛੇ 23 ਵੀਜ਼ੇ ਦੀ ਜੇ ਗੱਲ ਕਰੀਏ ਤਾਂ ਹੈਰਾਨੀਜਨਕ ਗੱਲ ਹੋਵੇਗੀ। ਅੱਜ ਵਿੱਚੋਂ ਸਾਡੇ ਕੋਲ 8-10 ਬੱਚੇ ਅੱਜ ਆਏ ਨੇ, ਮੌਜੂਦ ਨੇ, ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਾਂਗੇ, ਜਿਨ੍ਹਾਂ ਨੇ ਵਿਦਾਊਟ ਆਇਲਸ ਆਪਣੇ ਵੀਜ਼ੇ ਹਾਸਲ ਕੀਤੇ ਨੇ। ਸੋ ਇੱਕ ਕਰਕੇ ਸਾਰੇ ਬੱਚਿਆਂ ਨਾਲ ਰੂਬਰੂ ਕਰਾਵਾਂਗੇ। ਸੋ ਕੀ ਨਾਮ ਹੈ ਜੀ ਤੁਹਾਡਾ? ਮਨਮੀਤ ਸਿੰਘ ਮੇਰਾ ਨਾਮ। ਮਨਮੀਤ ਜੀ ਕਿੱਥੋਂ ਬਿਲੋਂਗ ਕਰਦੇ? ਮੈਂ ਲੁਧਿਆਣਾ ਤੋਂ ਜੀ। ਲੁਧਿਆਣਾ ਤੋਂ ਤੁਸੀਂ ਆਇਲਸ ਕੀਤੀ ਸੀ? ਨੋ ਸਰ। ਔਰ ਪਲੱਸ 2 ਕਦੋਂ ਪਾਸ ਕੀਤੀ? 2017। ਅੰਗਰੇਜ਼ੀ ਚੋਂ ਕਿੰਨੇ ਨੰਬਰ ਸੀ? 34। ਤੁਹਾਨੂੰ ਉਮੀਦ ਸੀ ਕਿ ਤੁਹਾਡਾ ਵਿਦਾਊਟ ਆਇਲਸ ਵੀਜ਼ਾ ਆ ਜਾਏਗਾ? ਨਹੀਂ ਜੀ। ਕਿੱਥੋਂ ਪਤਾ ਲੱਗਾ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਦਾ? ਸਰ ਫੇਸਬੁੱਕ ਰਾਹੀਂ ਮੈਨੂੰ ਸੰਪਰਕ ਹੋਇਆ ਅਤੇ ਮੈਂ। ਫਿਰ ਕਿਵੇਂ ਯਕੀਨ ਕਿਵੇਂ ਬਣਿਆ ਇਹਨਾਂ 'ਤੇ ਕਿ ਬੱਚਾ ਕਿ ਵਿਦਾਊਟ ਆਇਲਸ ਸਾਨੂੰ ਇਹ ਵੀਜ਼ਾ ਲਗਵਾ ਦੇਣਗੇ? ਸਰ ਨੇ ਬਹੁਤ ਭਰੋਸਾ ਦਵਾਇਆ ਮੈਨੂੰ ਵੀ ਤੇਰਾ ਵੀਜ਼ਾ ਆਏਗਾ ਅਤੇ ਡੈਫੀਨੇਟਲੀ ਆਏਗਾ ਅਤੇ ਇਹ ਵੀਜ਼ਾ ਮੇਰਾ ਆ ਚੁੱਕਿਆ। ਪਹਿਲਾਂ ਕਿਸ ਦਾ ਲੱਗਾ ਵੀਜ਼ਾ ਵੇਖਿਆ ਵਿਦਾਊਟ ਆਇਲਸ? ਨਹੀਂ ਜੀ। ਤੁਹਾਡਾ ਫਸਟ ਵੀਜ਼ਾ ਲੱਗਿਆ? ਹਾਂਜੀ। ਸੋ ਬਾਕੀ ਜਿਹੜੇ ਤੁਹਾਡੇ ਫਰੈਂਡਸ ਨੇ ਇਸ ਟਾਈਮ ਦੇਖ ਰਹੇ ਨੇ, ਹੈਰਾਨ ਨੇ ਪੂਰੇ ਜੀ। ਸੋ ਉਹਨਾਂ ਨੂੰ ਕੀ ਮੈਸੇਜ ਕੀ ਦੇਣਾ ਚਾਹੋਗੇ? ਮੈਂ ਇਹ ਮੈਸੇਜ ਦੇਣਾ ਚਾਹੂੰਗਾ ਵੀ ਦੇਖੋ, ਸਾਰੇ ਮੇਰੇ ਜਿੰਨੇ ਵੀ ਯਾਰ ਦੋਸਤ ਨੇ ਉਹ ਇੱਕ ਵਾਰੀ ਕੈਂਬਰਿਜ ਇਮੀਗ੍ਰੇਸ਼ਨ ਆ ਕੇ ਉਹ ਦੇਖਣ, ਇੱਕ ਵਾਰੀ ਉਹਨਾਂ 'ਤੇ ਭਰੋਸਾ ਕਰਕੇ ਇੱਕ ਵਾਰੀ ਫਾਈਲਿੰਗ ਕਰਨ 'ਤੇ। ਮਾਰਕੀਟ ਦੇ ਵਿੱਚ ਚਰਚਾ ਕੀ ਇਹ ਹੈ ਕਿ ਵਿਦਾਊਟ ਆਇਲਸ ਨਾਮ 'ਤੇ 10-50 ਲੱਖ ਰੁਪਇਆ ਪਹਿਲਾਂ ਲੈ ਲਿਆ ਜਾਂਦਾ ਤਾਂ ਵੀਜ਼ਾ ਰਿਫਿਊਜ਼ ਹੋ ਜਾਂਦਾ, ਉਸ ਤੋਂ ਬਾਅਦ ਵਿਦਿਆਰਥੀ ਦਾ ਕੁਛ ਨਹੀਂ ਹੁੰਦਾ। ਕੀ ਤੁਸੀਂ ਕੋਈ ਪੈਸਾ ਖਰਾਬ ਕੀਤਾ 'ਤੇ? ਨਹੀਂ ਜੀ। ਇਹ ਸੀ ਸਾਡੇ ਇੱਕ ਦੋਸਤ ਜਿਹੜੇ ਲੁਧਿਆਣਾ ਤੋਂ ਬਿਲੋਂਗ ਕਰਦੇ ਸੀ, ਇੱਕ ਹੋਰ ਦੋਸਤ ਸਾਡੇ ਨਾਲ ਜੁੜ ਚੁੱਕੇ ਨੇ ਜਿਹਨਾਂ ਨੇ ਵੀਜ਼ਾ ਹਾਸਲ ਕੀਤਾ। ਸੋ ਕੀ ਨਾਮ ਹੈ ਤੁਹਾਡਾ? 71 ਸਿੰਘ। ਸੋ 71 ਸਿੰਘ ਕਿੱਥੋਂ ਬਿਲੋਂਗ ਕਰਦੇ? ਗੁਰਦਾਸਪੁਰ ਤੋਂ ਸਰ। ਔਰ ਕੀ ਪ੍ਰੋਫਾਈਲ ਕੀ ਸੀ ਤੁਹਾਡਾ, +2 ਤੋਂ ਕਦੋਂ ਪਾਸ? ਸਰ ਮੈਂ 2013 ਜੀ ਪਾਸ ਆਊਟ ਹਾਂ। ਓਕੇ, ਤੇ ਨੰਬਰ ਕਿੰਨੇ ਸੀ 12ਵੀਂ ਵਿੱਚ? 63%। ਆਇਲਸ ਕੀਤੀ ਸੀ? ਨਹੀਂ ਸਰ, ਨਹੀਂ ਕੀਤੀ। ਉਮੀਦ ਸੀ ਕਿ ਵਿਦਾਊਟ ਆਇਲਸ ਵੀਜ਼ਾ ਆ ਜਾਏਗਾ? ਨਹੀਂ ਸਰ, ਹੈ ਨਹੀਂ ਸੀ। ਫਿਰ ਕਿਵੇਂ ਯਕੀਨ ਕਿਵੇਂ ਬਚਾ? ਲੱਗਾ ਨਹੀਂ ਕਿ ਪੈਸਾ ਖਰਾਬ? ਮੈਂ ਸਰ ਬੈਠਾ ਸੀ ਤੇ ਫੇਸਬੁੱਕ ਤੇ ਸਰ ਦੀ ਐਡ ਆਉਂਦੀ ਪਈ ਸੀ, ਸਰ ਦੱਸਦੇ ਪਈ ਸੀ, ਸਰ ਮੈਂ ਸਰ ਤੇ ਟਰਸਟ ਕਰਕੇ ਇੱਥੇ ਵਿਜ਼ਿਟ ਕੀਤਾ। ਹੋਰ ਕਿਸੇ ਕੰਸਲਟੈਂਟ ਨੂੰ ਮਿਲੇ ਪਹਿਲਾਂ?
ਨਹੀਂ ਸਰ ਮੈਂ ਜਰਮਨ ਦੀ ਲਾਈ ਸੀ ਪਹਿਲਾਂ ਰਿਫਿਊਜ਼ ਹੋ ਗਈ ਸੀ ਮੇਰੀ ਜਰਮਨ ਦੀ ਰਿਫਿਊਜ਼ ਤੋਂ ਬਾਅਦ ਕੈਨੇਡਾ ਵੀਜ਼ਾ ਹਾਂਜੀ ਹਾਂਜੀ ਸੋ ਵਿਦਆਊਟ ਆਲ ਤੁਸੀਂ ਵੀਜ਼ਾ ਹਾਸਲ ਕੀਤਾ ਸਟੱਡੀ ਦੇ ਵਿੱਚ ਗੈਪ ਸੀ ਕੋਈ ਹਾਂਜੀ ਸਰ ਚਾਰ ਪੰਜ ਸਾਲ ਦਾ ਗੈਪ ਸੀ ਚਾਰ ਪੰਜ ਸਾਲ ਦਾ ਗੈਪ ਹਾਂਜੀ ਹਾਂਜੀ ਔਰ ਚਾਰ ਪੰਜ ਸਾਲ ਦੇ ਗੈਪ ਤੋਂ ਬਾਵਜੂਦ ਤੁਹਾਨੂੰ ਉਮੀਦ ਸੀ ਵੀਜ਼ਾ ਆ ਜਾਏਗਾ ਹਾਂਜੀ ਹਾਂਜੀ ਸੋ ਜਿਹੜੇ ਦੋਸਤ ਤੁਹਾਨੂੰ ਹੁਣ ਦੇਖ ਰਹੇ ਨੇ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਜਾਂ ਤੁਹਾਡੇ ਪਿੰਡ ਵਾਸੀ ਜਾਂ ਆਸ ਪਾਸ ਦੇ ਸ਼ਹਿਰ ਦੇ ਲੋਕ ਦੇਖ ਰਹੇ ਨੇ ਕੀ ਮੈਸੇਜ ਦੇਣਾ ਚਾਹੋ ਮੈਂ ਇਹੋ ਹੀ ਕਹਿਣਾ ਚਾਹੁੰਦਾ ਕਿ ਸਰ ਇੱਥੇ ਪਹੁੰਚੋ ਕੈਂਬਰ ਇੰਟਰਨੈਸ਼ਨਲ ਆਪਣਾ ਵੀਜ਼ਾ ਲਓ ਅਤੇ ਬਾਹਰ ਜਾਓ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਕਿਤੇ ਹੋਰ ਕਿਤੇ ਏਜੰਟ ਕੋਲ ਜਾਣ ਦੀ ਲੋੜ ਨਹੀਂ ਪਲੀਜ਼ ਇੱਥੇ ਆਓ ਸਾਰੇ ਜਣੇ ਅਤੇ ਆਪਣੇ ਵੀਜ਼ੇ ਪਾਓ ਸੋ ਇੱਕ ਹੋਰ ਸਟੂਡੈਂਟ ਸਾਡੇ ਨਾਲ ਆ ਜਿਨ੍ਹਾਂ ਨੇ ਵੀਜ਼ਾ ਹਾਸਲ ਕੀਤਾ ਹੈ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਤੋਂ ਸੋ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਰਜੀਤ ਸਿੰਘ ਹੈ ਸੁਰਜੀਤ ਜੀ ਕਿੱਥੋਂ ਬਿਲੋਂਗ ਕਰਦੇ ਮੈਂ ਤਰਨ ਤਾਰਨ ਤੋਂ ਬਿਲੋਂਗ ਕਰਦਾ ਹਾਂ ਔਰ ਤੁਸੀਂ ਆਇਲਸ ਕੀਤੀ ਸੀ ਤੁਹਾਡਾ ਅਕੈਡਮਿਕ ਰਿਕਾਰਡ ਕੀ ਹੈ ਸਰ ਮੇਰਾ 2016 'ਚ ਮੈਂ ਪਾਸ ਆਊਟ ਕੀਤੀ ਸੀ ਮੈਂ ਵਿਦਆਊਟ ਇਹ ਮੈਂ ਵੀਜ਼ਾ ਦੋ ਵਿਦਆਊਟ ਆਇਲਸ ਹਾਸਲ ਕੀਤਾ ਹੈ ਤੁਹਾਨੂੰ ਉਮੀਦ ਸੀ ਕਿ ਵਿਦਆਊਟ ਆਇਲਸ ਵੀਜ਼ਾ ਅਪਲਾਈ ਕਰਨ ਦਾ ਵੀਜ਼ਾ ਆਜੂ ਕਿਉਂਕਿ ਮਾਰਕੀਟ ਦੇ ਵਿੱਚ ਚਰਚਾ ਹੈ ਕਿ ਵਿਦਆਊਟ ਆਇਲਸ ਵੀਜ਼ੇ ਆਉਂਦੇ ਨਹੀਂ ਹੈ ਸਾਡੇ ਪੰਜ ਬੈਂਡ 'ਤੇ ਬਹੁਤ ਸਾਰੇ ਵੀਜ਼ੇ ਰਿਫਿਊਜ਼ ਹੁੰਦੇ ਆ ਉਮੀਦ ਸੀ ਵੀਜ਼ਾ ਆ ਜਾਏਗਾ ਨੋ ਸਰ ਮੈਨੂੰ ਕੋਈ ਉਮੀਦ ਨਹੀਂ ਸੀ ਮੇਰਾ ਵਿਦਆਊਟ ਆਇਲਸ ਵੀਜ਼ਾ ਆਜੂਗਾ ਬਟ ਮੈਨੂੰ ਮੇਰੇ ਕੈਨੇਡਾ ਰਹਿੰਦੇ ਫਰੈਂਡਸ ਨੇ ਰੈਫਰ ਕੀਤਾ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਬਾਰੇ ਅਤੇ ਮੈਂ ਇੱਥੇ ਵਿਜ਼ਿਟ ਕੀਤਾ ਇਹਨਾਂ ਨੇ ਮੈਨੂੰ ਬਹੁਤ ਸੋਹਣਾ ਗਾਈਡ ਕੀਤਾ ਅਤੇ ਸਾਰੇ ਸਟਾਫ ਨੇ ਮੈਨੂੰ ਬਹੁਤ ਸੋਹਣਾ ਸਲਾਹ ਦਿੱਤੀ ਅਤੇ ਮੈਂ ਕੈਨੇਡਾ ਦਾ ਵੀਜ਼ਾ ਹਾਸਲ ਕਰ ਲਿਆ ਅੱਜ ਅਤੇ ਬਾਕੀ ਦੋਸਤਾਂ ਨੂੰ ਕੀ ਸੁਣਿਆ ਦੇਣਾ ਚਾਹੋ ਜਿਹੜੇ ਸਾਢੇ ਪੰਜ ਬੈਂਡ ਲੈ ਕੇ ਪੰਜਾਬ ਦੇ ਵਿੱਚ ਰਿਫਿਊਜ਼ ਹੋ ਕੇ ਬੈਠੇ ਹੋਏ ਨੇ ਮੈਂ ਸਾਰਿਆਂ ਨੂੰ ਇਹੋ ਰੈਫਰ ਕਰਨਾ ਚਾਹੁੰਦਾ ਵੀ ਜੋ ਵੀ ਅੱਜ ਜਿਨ੍ਹਾਂ ਦੇ ਬੈਂਡ ਘੱਟ ਨੇ ਜਾਂ ਜਿਨ੍ਹਾਂ ਦੇ ਬੈਂਡ ਨਹੀਂ ਆਉਂਦੇ ਪਏ ਉਹ ਪਲੀਜ਼ ਇੱਥੇ ਇੱਕ ਵਾਰ ਵਿਜ਼ਿਟ ਕਰੇ ਅਤੇ ਆਪਣਾ ਕੈਨੇਡਾ ਦਾ ਸਟੱਡੀ ਵੀਜ਼ਾ ਹਾਸਲ ਕਰਨ ਜੀ ਸੋ ਇਹਨਾਂ ਨੇ ਵੀਜ਼ਾ ਵਿਦਆਊਟ ਆਇਲਸ ਹਾਸਲ ਕੀਤਾ ਇੱਕ ਹੋਰ ਦੋਸਤ ਨੇ ਸੋ ਕੀ ਨਾਮ ਹੈ ਤੁਹਾਡਾ ਕਾਜਲ ਕਾਜਲ ਜੀ ਕਿੱਥੋਂ ਬਿਲੋਂਗ ਕਰਦੇ ਜਲੰਧਰ ਤੋਂ ਤੁਹਾਡਾ ਪ੍ਰੋਫਾਈਲ ਕੀ ਸੀ ਪਲੱਸ ਟੂ ਕਦੋਂ ਕੀਤੀ ਔਰ ਆਇਲਸ ਦੇ ਕਿੰਨੇ ਬੈਂਡਸ ਤੁਹਾਡੇ ਪਲੱਸ ਟੂ ਮੈਂ ਰੀਸੈਂਟਲੀ ਪਾਸ ਆਊਟ ਆ 2017 ਐਂਡ ਮੇਰਾ ਆਇਲ ਸਕੋਰ 5.5 ਹੈ ਅਤੇ ਮੈਨੂੰ ਸਾਰੇ ਕੰਸਲਟੈਂਟਸ ਨੇ ਬਿਲਕੁਲ ਮਨਾ ਕਰ ਦਿੱਤਾ ਸੀ ਕਿ ਆਪਣੇ ਆਇਲਸ ਨੂੰ ਰਿਪੀਟ ਕਰੋ ਸੋ ਦੈਟ ਬਟ ਮੇਰੇ ਫੈਮਿਲੀ ਫਰੈਂਡ ਨੇ ਕੈਂਬਰਿਜ ਤੋਂ ਫਾਈਲ ਲਗਵਾਈ ਸੀ ਉਹਨੇ ਕਿਹਾ ਸੀ ਇੱਕ ਵਾਰ ਜਾ ਕੇ ਉੱਥੇ ਕੰਸਲਟ ਕਰੋ ਐਂਡ ਮੈਂ ਉੱਥੇ ਆ ਕੇ ਕੰਸਲਟ ਕੀਤਾ ਐਂਡ ਅੱਜ ਮੇਰਾ ਵੀਜ਼ਾ ਮੇਰੇ ਹੱਥ ਹੈ ਮੈਂ ਬਹੁਤ ਖੁਸ਼ ਹਾਂ ਸੋ ਡਰ ਨਹੀਂ ਸੀ ਮਨ ਦੇ ਵਿੱਚ ਕਿ ਸਾਡੇ ਪੰਜ ਬੈਂਡ 'ਤੇ ਜਿੱਥੇ ਸਾਰੇ ਕੰਸਲਟੈਂਟ ਮਨਾ ਕਰ ਰਹੇ ਨੇ ਉਹ ਤਾਂ ਸਿਰਫ ਕੈਂਬਰਿਜ ਵਾਲੇ ਕਹਿ ਰਹੇ ਨੇ ਕਿ ਵੀਜ਼ਾ ਆ ਜਾਏਗਾ ਡਰ ਨਹੀਂ ਸੀ ਕੋਈ 90% ਡਰ ਸੀ ਸਿਰਫ 10% ਚਾਂਸਿਸ ਸੀ ਐਂਡ ਘਰ ਦੇ ਵੀ ਬਹੁਤ ਡਰਦੇ ਸੀ ਕਿ ਜਦੋਂ ਵੀਜ਼ੇ ਦਾ ਪਤਾ ਲੱਗਾ ਕਿ ਵੀਜ਼ਾ ਆ ਗਿਆ ਸੋ ਉਦੋਂ ਕਿਸ ਤਰ੍ਹਾਂ ਦੀ ਖੁਸ਼ੀ ਹੋਈ ਉਸ ਟਾਈਮ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੋਈ ਜਿਸ ਟਾਈਮ ਵੀਜ਼ਾ ਆਇਆ ਬਿਕੋਜ਼ ਇੱਕ ਮਤਲਬ ਅਨਐਕਸਪੈਕਟਿਡ ਜੀ ਚੀਜ਼ ਹੋਈ ਸੀ ਉਸ ਟਾਈਮ ਮੇਰੇ ਨਾਲ ਬਿਕੋਜ਼ ਇੱਕ ਮੇਰਾ ਡ੍ਰੀਮ ਸੀ ਐਂਡ ਉਸ ਦਿਨ ਸੱਚ ਹੋ ਗਿਆ ਸੀ ਸੋ ਹੁਣ ਕਦੋਂ ਤੁਸੀਂ ਫਲਾਈ ਕਦੋਂ ਕਰਨ ਜਾ ਰਹੇ ਹੋ ਔਰ ਆਪਣੇ ਦੋਸਤਾਂ ਨੂੰ ਕੀ ਸੁਣਿਆ ਦੋਗੇ ਮੇਰੀ ਫਲਾਈਟ 14 ਦੀ ਹੈ ਐਂਡ ਮੈਂ ਆਪਣੇ ਫਰੈਂਡਸ ਨੂੰ ਵੀ ਇਹੀ ਕੰਸਲਟ ਕਰਨਾ ਚਾਹਾਂਗੀ ਕਿ ਤੁਸੀਂ ਇੱਕ ਵਾਰੀ ਪਲੀਜ਼ ਕੈਂਬਰਿਜ ਵਾਲਿਆਂ ਦੇ ਨਾਲ ਆ ਕੇ ਕੰਸਲਟ ਕਰੋ ਐਂਡ ਆਪਣਾ ਵੀਜ਼ਾ ਲਗਵਾਓ ਜੀ ਸੋ ਹਰ ਇੱਕ ਵਿਦਿਆਰਥੀ ਜਿਹਨੂੰ ਉਮੀਦ ਨਹੀਂ ਸੀ ਕੈਂਬਰਿਜ ਵਾਲਿਆਂ ਨੇ ਉਹਨਾਂ ਦੀ ਉਮੀਦ ਪੂਰੀ ਕੀਤੀ ਸੋ ਇੱਕ ਯਕੀਨ ਇੱਕ ਭਰੋਸਾ ਇੱਕ ਟਰੱਸਟ ਬਹੁਤ ਜ਼ਰੂਰੀ ਹੈ ਜਦੋਂ ਤੁਸੀਂ ਸੱਤ ਸਮੁੰਦਰ ਪਾਰ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦੀ ਗੱਲ ਕਰਦੇ ਸੋ ਇੱਕ ਹੋਰ ਬੱਚਾ ਸਾਡੇ ਨਾਲ ਹੈ ਸੋ ਕੀ ਨਾਮ ਹੈ ਤੁਹਾਡਾ ਆਕਾਸ਼ ਗੋਤਰਾ ਆਕਾਸ਼ ਜੀ ਤੁਸੀਂ ਕਿੱਥੋਂ ਬਿਲੋਂਗ ਕਰਦੇ ਜਲੰਧਰ ਤੋਂ ਤੁਹਾਡਾ ਪ੍ਰੋਫਾਈਲ ਕੀ ਸੀ ਆਇਲਸ ਕੀਤੀ ਹੈ ਸਟੱਡੀ ਗੈਪ ਸੀ ਨੰਬਰ ਘੱਟ ਸੀ ਜਾਂ ਬਾਕੀ ਕੰਸਲਟੈਂਟ ਤੁਹਾਡੀ ਫਾਈਲ ਨਹੀਂ ਫੜੀ ਕੀ ਐਕਸਪੀਰੀਅੰਸ ਕੀ ਰਿਹਾ ਮੇਰੇ 5.5 ਬੈਂਡ ਸੀ ਅਤੇ ਮੇਰੇ ਜਲੰਧਰ 'ਚ ਕਿਸੇ ਨੇ ਫਾਈਲ ਨਹੀਂ ਫੜੀ ਸੀ ਅਤੇ ਮੇਰੇ ਇੱਕ ਦੋਸਤ ਨੇ ਮੈਨੂੰ ਦੱਸਿਆ ਸੀ ਕੈਮਰੇ ਜਾ ਕੇ ਉੱਥੇ ਕਰੀ ਅਤੇ ਉਹ ਮੈਂ ਫਿਰ ਇੱਥੇ ਆ ਕੇ ਵਿਜ਼ਿਟ ਕੀਤਾ ਅਤੇ ਉਹਨੇ ਕਹਿੰਦੇ ਤੁਹਾਡਾ ਵੀਜ਼ਾ ਲੱਗ ਜਾਏਗਾ 5.5 ਬੈਂਡ 'ਤੇ ਡਰ ਨਹੀਂ ਸੀ ਮਨ ਦੇ ਵਿੱਚ ਫਾਈਲ ਲਾਉਂਦਾ ਹੈਗਾ ਸੀ ਥੋੜ੍ਹਾ ਡਰ ਬਟ ਇਹਨਾਂ ਨੇ ਕਿਹਾ ਸੀ ਕਿ ਤੁਹਾਡਾ ਲੱਗ ਜਾਏਗਾ ਕੋਈ ਡਰਨ ਦੀ ਲੋੜ ਨਹੀਂ ਆਇਲਸ ਇੰਪਰੂਵ ਕਿਉਂ ਨਹੀਂ ਕੀਤੀ 6 ਬੈਂਡ ਕਿਉਂ ਨਹੀਂ ਲਾਇਆ ਮੈਂ 3 ਦੀ ਆਇਲਸ ਕਰ ਲਈ ਸੀ ਅੱਛਾ ਫਿਰ ਨਹੀਂ ਇੱਕ ਵਾਰੀ 6 ਆ ਵੀ ਗਏ ਸੀ ਪਰ ਇੱਕ 'ਚ 5 ਰਹਿ ਗਏ ਸੀ ਸੋ ਇੱਕ 5.5 ਬੈਂਡ 'ਤੇ ਰਿਸਕ ਲੈਣ ਦੀ ਕੋਸ਼ਿਸ਼ ਕੀਤੀ ਔਰ ਵੀਜ਼ਾ ਆ ਗਿਆ ਸੋ ਕਿਹੜੀ ਯੂਨੀਵਰਸਿਟੀ ਕਿਹੜੇ ਕਾਲਜ ਵਿੱਚ ਜਾ ਰਹੇ ਯੂਨੀਵਰਸਿਟੀ ਆਫ ਨੈਦਰਨ ਬ੍ਰਿਟਿਸ਼ ਕੋਲੰਬੀਆ ਜਾਂਦੇ ਪਏ ਚਲੋ ਬਾਕੀ ਦੋਸਤਾਂ ਨੂੰ ਕੀ ਸੁਣਿਆ ਦੇਣਾ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਅਗਰ ਕਿਸੇ ਦੇ ਬੈਂਡ ਨਹੀਂ ਆਉਂਦੇ ਉਹ ਇੱਥੇ ਆ ਕੇ ਆਪਣਾ ਵੀਜ਼ਾ ਲਗਵਾ ਸਕਦੇ ਨੇ ਜੀ ਸੋ 5.5 ਬੈਂਡ 'ਤੇ ਔਰ ਵਿਦਆਊਟ ਆਇਲਸ ਜਿਹੜੀਆਂ ਸਟੋਰੀਜ਼ ਨੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਸੋ ਇੱਕ ਸਟੂਡੈਂਟ ਹੋਰ ਸਾਡੇ ਨਾਲ ਨੇ ਜਿਨ੍ਹਾਂ ਨੇ ਵੀਜ਼ਾ ਹਾਸਲ ਕੀਤਾ ਸੋ ਕੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਜਸ਼ਨਦੀਪ ਸਿੰਘ ਜੀ ਜਸ਼ਨਦੀਪ ਜੀ ਸ਼ਾਇਦ ਤੁਸੀਂ 2 ਵਾਰ ਰਿਫਿਊਜ਼ ਸੀ ਪਹਿਲਾਂ ਹਾਂਜੀ ਹਾਂਜੀ ਸਰ 2 ਵਾਰ ਰਿਫਿਊਜ਼ ਸਰ ਕੈਨੇਡਾ ਦਾ ਰਿਫਿਊਜ਼ ਆਇਆ ਜੀ ਓਕੇ ਸੋ ਆਇਲਸ ਦੇ ਕਿੰਨੇ ਬੈਂਡ ਸੀ ਔਰ ਅਕੈਡਮਿਕ ਰਿਕਾਰਡ ਕੀ ਸੀ ਤੁਹਾਡਾ ਆਇਲਸ ਵਿੱਚ ਸਰ 6 ਬੈਂਡ ਇਜ਼ ਸਰ ਅਕੈਡਮਿਕ ਰਿਕਾਰਡ 56% ਹੈ ਸੋ 56% ਕਰਕੇ ਤੁਹਾਡਾ 2 ਵਾਰ ਵੀਜ਼ਾ ਰਿਫਿਊਜ਼ ਆਇਆ ਸਰ ਮੈਚ ਚੋਂ 40 ਸੀ ਤਾਂ ਕਰਕੇ ਰਿਫਿਊਜ਼ ਆਈ ਜੀ ਸੋ 40 ਨੰਬਰ ਸੀ ਮੈਥ ਦੇ ਵਿੱਚੋਂ 2 ਵਾਰ ਵੀਜ਼ਾ ਰਿਫਿਊਜ਼ ਹੋ ਗਿਆ ਸੋ ਤੀਜੀ ਵਾਰ ਕਿਵੇਂ ਹਿੰਮਤ ਕੀਤੀ ਵੀਜ਼ਾ ਅਪਲਾਈ ਕਰਨ ਦੀ ਸਰ ਹਿੰਮਤ ਐਵੇਂ ਸਰ ਤੀਜੀ ਵਾਰ ਚਾਂਸ ਲਿਆ ਸਰ ਕਿਉਂਕਿ ਇਹਨਾਂ ਨੇ ਕਿਹਾ ਸੀ ਕਿ ਕੋਈ ਪੈਸਾ ਨਹੀਂ ਇੰਨਾ ਪਹਿਲਾਂ ਲਿਆ ਅਤੇ ਸੋ ਕਰ ਤਾਂ ਕਰਕੇ ਸਰ ਚਾਂਸ ਲਿਆ ਅਤੇ ਵੀਜ਼ਾ ਆ ਗਿਆ ਸਰ ਯਾਨੀ 2 ਵਾਰ ਰਿਫਿਊਜ਼ਲ ਤੋਂ ਬਾਅਦ ਤੁਹਾਡਾ ਵੀਜ਼ਾ ਆ ਗਿਆ ਸੋ ਰਿਫਿਊਜ਼ਲ ਤੋਂ 2 ਵਾਰ ਰਿਫਿਊਜ਼ਲ ਤੋਂ ਬਾਅਦ ਤੀਜੀ ਵਾਰੀ ਵੀਜ਼ਾ ਆਉਣ ਦਾ ਮਤਲਬ ਇਹ ਹੈ ਕਿ ਹਿੰਮਤ
ਮੇਰਾ ਅਕੈਡਮਿਕ ਰਿਕਾਰਡ ਹੈਗਾ 80% ਐਂਡ ਮੇਰੇ ਆਇਲਸ ਦੇ ਵਿੱਚੋਂ 6 ਬੈਂਡ ਸੀ 1 ਮੋਡਿਊਲ 5 ਸੀ ਇਸ ਕਰਕੇ ਮੈਨੂੰ ਥੋੜ੍ਹਾ ਡਰ ਸੀ ਕਿ ਮੇਰਾ ਵੀਜ਼ਾ ਆਏਗਾ ਜਾਂ ਰਿਫਿਊਜ਼ ਹੋ ਜਾਏਗਾ।